ਸੱਤਰੀਆ ਕਲਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀਕਾਰ ਨੇ ਜੀ ਦਵਿੰਦਰ ਸੰਧੂ ਅੱਜ ਬਹੁਤ ਲੇਟ ਆਇਓ ਜਗਦੀਪ ਨੇ ਡੂੰਗੇ ਹਨੇਰੇ ਘਰ ਮੁੜੇ ਆਪਣੇ ਪਤੀ ਨੂੰ ਪਿਆਰ ਨਾਲ ਪੁੱਛਿਆ ਕਿਉਂ ਤੂੰ ਕੀ ਮੈਂ ਤੂੰ ਚਰਖਾ ਕਤੌਣਾ ਸੀ ਕਹਿ ਕੇ ਪਤਨੀ ਵੱਲ ਮੂੰਹ ਕਰਕੇ ਫੁੰਕਾਰਾ ਜਿਹਾ ਮਾਰਿਆ ਸ਼ਰਾਬ ਦੀ ਤਿੱਖੀ ਬੋ ਜਗਦੀਪ ਦੀਆਂ ਨਾਸਾਂ ਨਾਲ ਟਕਰਾ ਕੇ ਮਨ ਮਸਤਕ ਤੱਕ ਜਾ ਪਹੁੰਚੀ ਸੀ ਜਿੱਥੇ ਉਹ ਪਤੀ ਦੀ ਤਸਵੀਰ ਸਜਾਉਂਦੀ ਸਵਾਰਦੀ ਪਰ ਜੀਤੇ ਦੇ ਤਿੱਖੇ ਬੋਲ ਤੇ ਸ਼ਰਾਬ ਦੀ ਬੋ ਉਹਨੂੰ ਧੁੰਦਲਾ ਕਰ ਦਿੰਦੀ ਸੀ ਦੇਖੋ ਜੀ ਤੁਸੀਂ ਸਾਰਾ ਦਿਨ ਤਾਂ ਬਾਹਰ ਹੀ ਰਹਿੰਦੇ ਹੋ ਸ਼ਾਮੀ ਤਾਂ ਟਾਈਮ ਨਾਲ ਘਰ ਆ ਜਾਇਆ ਕਰੋ ਤੁਸੀਂ ਕੋਲ ਹੁੰਨੇ ਹੋ ਤਾਂ ਕੰਮਕਾਰ ਦਾ ਸਾਰਾ ਥਕੀਮਾ ਭੁੱਲ ਜਾਂਦੀ ਆਂ ਜਗਦੀਪ ਪਤੀ ਨੂੰ ਪਿਆਰ ਨਾਲ ਤਰਲਾ ਜਿਹਾ ਪਾ ਰਹੀ ਸੀ ਉਹ ਰਹਿਣ ਦੇ ਰਹਿਣ ਦੇ ਇਹੋ ਜੇ ਪਿਆਰ ਨੂੰ ਖੇਖਣ ਤਾਂ ਬੜੇ ਕਰਨੇ ਆਉਂਦੇ ਨੇ ਤੈਨੂੰ ਅੱਗੇ ਤਾਂ ਇੰਨਾ ਚਿਰ ਮੇਰੇ ਤੇ ਹੀ ਰਹੀ ਹੋਵੇਂਗੀ ਜੀਤ ਨੇ ਹੋਠਿਆਂ ਵਾਲਾ ਮਿਹਣਾ ਮਾਰਿਆ ਜੀ ਤੁਸੀਂ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਜਗਦੀਪ ਅੱਖਾਂ ਭਰ ਕੇ ਬੋਲੀ ਮੈਂ ਕੀਤੇ ਵੀ ਰਹੀ ਹਾਂ ਪਰ ਜਦੋਂ ਪਰਮਾਤਮਾ ਨੇ ਮੈਨੂੰ ਤੁਹਾਡੇ ਲੜਲਾ ਹੀ ਦਿੱਤਾ ਹੁਣ ਤਾਂ ਮੇਰਾ ਸਭ ਕੁਝ ਤੁਸੀਂ ਹੋ ਉਹ ਤੂੰ ਕਿਹੜਾ ਮੈਨੂੰ ਸੱਚੀ-ਸੂਚੀ ਮਿਲ ਗਈ 2 ਸਾਲ ਉਸ ਖਸਮ ਕੋਲ ਵੀ ਤਾਂ ਰਹੀ ਸੀ ਮੈਨੂੰ ਤੇਰੇ ਚੋਂ ਕੀ ਮਿਲਿਆ ਆ ਗਈ ਵੱਡੇ ਪਿਆਰ ਵਾਲੀ ਜੀਤ ਨੇ ਡੱਬ ਚੋਂ ਅਧਿਆ ਕੱਢ ਕੇ ਫਿਰ ਪੈਗ ਲੈਣਾ ਸ਼ੁਰੂ ਕਰ ਦਿੱਤਾ ਜਗਦੀਪ ਫੂਟ ਫੂਟ ਕੇ ਰੋਣ ਲੱਗ ਪਈ ਹੋ ਕੇ ਭਰ ਦੀ ਬੋਲੀ ਉਹ ਮੈਂ ਤਾਂ ਨਹੀਂ ਸੀ ਕਿਹਾ ਉੱਪਰ ਵਾਲੇ ਨੂੰ ਕਿ ਮੇਰੇ ਨਾਲ ਇੰਜ ਕਰੇ ਮੈਂ ਕੋਈ ਨਿਕਲ ਕੇ ਤਾਂ ਨਹੀਂ ਸੀ ਗਈ ਉਹਦੇ ਕੋਲ ਮਾਪਿਆਂ ਨੇ ਉਹਦੇ ਲੜ ਲਾਇਆ ਸੀ ਮੈਨੂੰ ਤਾਂ ਗਈ ਸੀ ਪਰ ਕਿਸਮਤਾਂ ਮੇਰੀ ਮਾੜੀ ਸੀ ਉਹ ਸੁੱਖ ਭੋਗਣਾ ਨਸੀਬੀ ਨਾ ਹੋਇਆ ਹੁਣ ਮਾਪਿਆਂ ਨੇ ਤੁਹਾਡੇ ਨਾਲ ਤੋੜਤੀ ਇੱਥੇ ਤੁਰਾਈ ਮੇਰਾ ਦੋਸਤ ਤਾਂ ਦੱਸੋ ਕੀ ਆ ਰੱਬ ਵਾਸਤੇ ਉਹਨਾਂ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਉਹ ਤਾਂ ਦੇਵਤਾ ਸਨ ਮੇਰੀ ਰੂਹ ਦੇ ਮਾਲਕ ਮੇਰੇ ਰੱਬ ਤੇ ਉਹਦਾ ਗੱਜ ਪਰ ਆਉਣ ਕਰਕੇ ਕੁਝ ਨਾ ਬੋਲ ਸਕੀ ਸਾળી ਦੇਵਤੇ ਦੀ ਚਗਲ ਜਨਾਨੀ ਤੁਰ ਜਾਂਦੀ ਫਿਰ ਆਪਣੇ ਦੇਵਤੇ ਨਾਲ ਹੀ ਝੂਠ ਕੀ ਤੋਂਦੀ ਮੇਰੇ ਜੋਗੀ ਬੈਠੀ ਸੀ ਲਿਆ ਰੋਟੀ ਹੋਰ ਨਾ ਕਿਤੇ ਡਾਂਗਾ ਖਾ ਲਵੇਂ ਜੀਤਪੁਰਾ ਸ਼ਰਾਬੀ ਹੋਇਆ ਗਾਲਾਂ ਦੀ ਬੁਛਾੜ ਕਰ ਰਿਹਾ ਸੀ ਵਿਚਾਰੀ ਕਰਮਾ ਮਾਰੀ ਜਗਦੀਪ ਚੁੱਪ ਕਰਕੇ ਰੋਟੀ ਫੜਾਉਣ ਲੱਗੀ ਰੋਟੀ ਖਾ ਕੇ ਮੰਜੇ ਤੇ ਡਿੱਗ ਪਿਆ ਤੇ ਜਗਦੀਪ ਨੂੰ ਬਾਹੋਂ ਫੜ ਕੇ ਸੁੱਟ ਲਿਆ ਉਹ ਮਿੰਤਾ ਕਰਦੀ ਰਹੀ ਕਿ ਮੇਰੇ ਸਾਰੇ ਕੰਮ ਕਰਨ ਵਾਲੇ ਪਏ ਨੇ ਪਰ ਸ਼ਰਾਬੀ ਬੰਦੇ ਨੇ ਇੱਕ ਨਾ ਸੁਣੀ ਕੁਝ ਦੇਰ ਬਾਅਦ ਉਹ ਘਰਾੜੇ ਮਾਰ ਰਿਹਾ ਸੀ ਤੇ ਬੇਵਸ ਮਜਬੂਰ ਜਗਦੀਪ ਮਦੋਲੀ ਆਤਮਾ ਤੇ ਸ਼ਰੀਰ ਨਾਲ ਉੱਠ ਕੇ ਭੁੱਖਣ ਭਾਣੇ ਭਾਂਡੇ ਮਾਜਣ ਲੱਗ ਪਈ ਸਾਰਾ ਕੰਮ ਸਾਮਕੀ ਅੰਦਰ ਜਾ ਕੇ ਟਰੰਕ ਖੋਲ ਕੇ ਇੱਕ ਕੱਪੜੇ ਦੀਆਂ ਸੱਤ ਤਹਿਾਂ ਖੋਲ ਕੇ ਇੱਕ ਫੋਟੋ ਕੱਢੀ ਤੇ ਚਾਨਣ ਵਿੱਚ ਆ ਕੇ ਗੌਰ ਨਾਲ ਦੇਖਦੀ ਇੱਕ ਨਾਲ ਲਾ ਕੇ কুরਲਾ ਉੱਠੀ ਸੀ ਆਪਣੇ ਮਹਿਬੂਬ ਦੀ ਫੋਟੋ ਦਿਲਦਾਰ ਦੀ ਫੋਟੋ ਤੁਰ ਗਏ ਸਦਾ ਲਈ ਛੱਡ ਗਏ ਮਹਿਰਮ ਦੀ ਫੋਟੋ ਉਹ ਖੋ ਗਈ ਯਾਦਾਂ ਦੇ ਡੂੰਗੇ ਸਮੁੰਦਰ ਵਿੱਚ ਕਿੰਨਾ ਪਿਆਰ ਕਰਦਾ ਸੀ ਜਗਤਾਰ ਉਸ ਨੂੰ ਤੇ ਉਸ ਨੂੰ ਬੜੇ ਲਾੜ ਨਾਲ ਚੰਨੀ ਆਖ ਕੇ ਬੁਲਾਉਂਦਾ ਸੀ ਉਹ ਪ੍ਰਾਇਮਰੀ ਤੱਕ ਪਿੰਡ ਦੇ ਸਕੂਲ ਪੜ੍ਹ ਕੇ ਮਾਸੀ ਦੇ ਪਿੰਡ ਹਾਈ ਸਕੂਲ ਦੇ ਵਿੱਚ ਦਾਖਲ ਹੋਈ ਸੀ ਉਹਦੇ ਨਾਲ ਹੀ ਪੜ੍ਹਦਾ ਸੀ ਜਗਤਾਰ ਸਾਰੇ ਕਲਾਸ 'ਚੋ ਹੁਸ਼ਿਆਰ ਸੋਹਣਾ ਸੁਨੱਖਾ ਗੱਭਰੂ ਮਾਸੀ ਦੇ ਘਰ ਤੋਂ ਦੋ ਘੂ ਘਰ ਛੱਡ ਕੇ ਉਹਨਾਂ ਦਾ ਘਰ ਸੀ ਮਾ ਸਿੱਦੇ ਸ਼੍ਰਿੱਕੇ ਵਿੱਚੋਂ ਹੀ ਸੀ ਉਹ ਅਕਸਰ ਇੱਧਰ ਆ ਜਾ ਕਰਦਾ ਸੀ ਉਹ ਜਗਦੀਪ ਨਾਲ ਵੀ ਗੱਲਾਂ ਬਾਤਾਂ ਕਰ ਲੈਂਦਾ ਸੀ ਉਹ ਜਿਵੇਂ ਜਿਵੇਂ ਜਵਾਨ ਹੁੰਦੇ ਗਏ ਇੱਕ ਦੂਜੇ ਦੀ ਚਾਹਤ ਉਹਨਾਂ ਦੇ ਦਿਲਾਂ ਵਿੱਚ ਪੁੰਗਰਦੀ ਰਹੀ ਸਮਾ ਪੈਣ ਤੇ ਇੱਕ ਵੱਡਾ ਬੂਟਾ ਬਣ ਗਿਆ ਜਗਦੀਪ ਦਸਵੀਂ ਤੋਂ ਬਾਅਦ ਸ਼ਹਿਰ ਦੇ ਕਾਲਜ ਵਿੱਚ ਜਾ ਲੱਗੀ ਤੇ ਜਗਤਾਰ ਵੀ ਜਗਦੀਪ ਪਲੱਸ 2 ਤੱਕ ਪੜ੍ਹ ਕੇ ਹਟ ਗਈ ਜਗਤਾਰ ਅੱਗੇ ਪੜਦਾ ਰਿਹਾ ਇਸੇ ਦੌਰਾਨ ਜਗਤਾਰ ਨੇ ਜਗਦੀਪ ਦੀ ਮਾਸੀ ਨਾਲ ਸਾਰੀ ਗੱਲਬਾਤ ਕੀਤੀ ਉਹ ਸਹਿਮਤ ਹੋ ਗਏ ਮੁੰਡਾ ਸੋਹਣਾ ਘਰ-ਬਾਰ ਜ਼ਮੀਨ ਜਾਇਦਾਦ ਵੀ ਚੰਗੀ ਸੀ ਮਾਸੀ ਨੇ ਰਿਸ਼ਤਾ ਜੋੜ ਦਿੱਤਾ ਕੁਝ ਸਮੇਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਦੀ ਪਵਿੱਤਰ ਮੁਹੱਬਤ ਪਰਵਾਨ ਚੜ ਗਈ ਸੀ ਇੱਕ ਦੂਜੇ ਨੂੰ ਪਾ ਕੇ ਤੰਨ ਹੋ ਗਏ ਸੀ ਉਹਨਾਂ ਦੇ ਦਿਨ ਹੱਸਦਿਆਂ ਖੇਡਦਿਆਂ ਤੇ ਰਾਤਾਂ ਇੱਕ ਦੂਜੇ ਦੀ ਬੁੱਕਲ ਵਿੱਚ ਗੁਜ਼ਰਦੀਆਂ। ਜਗਤਾਰ ਅਗਲੀ ਪੜ੍ਹਾਈ ਕਰਕੇ ਕਾਲਜ ਵਿੱਚ ਲੈਕਚਰਰ ਲੱਗ ਗਿਆ। ਉਹਨਾਂ ਨੇ ਪਹਿਲਾਂ 1 ਸਾਲ ਬੱਚਾ ਨਾ ਲਿਆ। ਪਰ ਇਸ ਵਰਗ ਉਹਨਾਂ ਨੂੰ ਬਹੁਤਾ ਚਿਰ ਭੋਗਣਾ ਨਸੀਬ ਨਹੀਂ ਸੀ ਹੋਇਆ। ਦੂਜੇ ਸਾਲ ਜਗਦੀਪ ਦੀ ਕੁੱਖ ਵਿੱਚ 4 ਕੁ ਮਹੀਨੇ ਦਾ ਬੱਚਾ ਪਾਲ ਰਿਹਾ ਸੀ। ਕੀ ਹੋਣੀ ਨੇ ਆ ਕੇ ਬੋਹਾ ਕੜਕਾਇਆ। ਜਗਤਾਰ ਕਾਲਜ ਤੋਂ ਵਾਪਸ ਆਉਂਦਾ ਮੋਟਰਸਾਈਕਲ ਬੱਸ ਨਾਲ ਟਕਰਾ ਜਾਣ ਤੇ ਜ਼ਖਮੀ ਹੋ ਗਿਆ। ਬੱਸ ਵਾਲਿਆਂ ਨੇ ਉਹਨੂੰ ਹਸਪਤਾਲ ਪਹੁੰਚਾਇਆ। ਸੁਨੇਹਾ ਸੁਣ ਕੇ ਜਗਦੀਪ ਸਾਸਨ ਨਾਲ ਰੋਂਦੀ ਹੋਈ ਹਸਪਤਾਲ ਜਾ ਪਹੁੰਚੀ। ਤੇ ਉਹਦਾ ਮਹਿਰਮ ਬੱਸ ਕੁਝ ਹੀ ਪਲਾਂ ਦਾ ਮਹਿਮਾਨ ਸੀ। ਉਹਨੇ ਜਗਤਾਰ ਦਾ ਮੱਥਾ ਚੁੰਮਿਆ, ਸਿਰ ਗੋਦ ਵਿੱਚ ਰੱਖਿਆ। ਜਗਤਾਰ ਨੇ ਅੱਖਾਂ ਖੋਲੀਆਂ ਤੇ ਮੁਸਕਰਾਉਣ ਦਾ ਯਤਨ ਕੀਤਾ। ਜਗਦੀਪ ਰੋ ਰਹੀ ਸੀ। ਏਕ ਹੀ ਹੋ ਗਿਆ ਚੰਨ ਏਕ ਹੀ ਬਣ ਗਿਆ ਜਗਤਾਰ ਬੜੀ ਕੋਸ਼ਿਸ਼ ਕਰਕੇ ਟੁੱਟੇ-ਫੁੱਟੇ ਲਫ਼ਜ਼ਾਂ ਵਿੱਚ ਬੋਲਿਆ ਦੀਪ ਰੋ ਨਾ ਮੈਂ ਹਮੇਸ਼ਾ ਤੇਰੇ ਦਿਲ ਵਿੱਚ ਰਹਾਂਗਾ ਮੈਂ ਤੈਨੂੰ ਤੇਰਾ ਚੰਨ ਦੇ ਚੱਲਿਆ ਹਾਂ ਏ ਮੈਂ ਹੀ ਹਾਂ ਹਮੇਸ਼ਾ ਤੇਰੇ ਕੋਲ ਮੈਨੂੰ ਯਾਦ ਰੱਖੀ ਦੀਪ ਤੂੰ ਆਪਣਾ ਘਰ ਬਸਾ ਲੈ ਮੇ ਇਹ ਮੇਰਾ ਹੁਕਮ ਹੈ ਚੰਗਾ ਮੇਰੀ ਪਿਆਰੀ ਜੀ ਦੀਪ ਉਹ ਹਮੇਸ਼ਾ ਲਈ ਆਪਣੀ ਦੀਪ ਨੂੰ ਇਕੱਲਿਆਂ ਛੱਡ ਕੇ ਤੁਰ ਗਿਆ। ਜਗਦੀਪ ਦੀ ਹੱਸਦੀ ਵਸਤੀ ਦੁਨੀਆ ਉਜੜ ਗਈ ਸੀ। ਅਜੇ ਤਾਂ ਉਸਨੇ ਸੱਜਣ ਨਾਲ ਅੱਜ ਗੱਲਾਂ ਵੀ ਨਹੀਂ ਸੀ ਕੀਤੀਆਂ। ਉਹ ਜ਼ਿੰਦਗੀ ਦੇ ਸਫ਼ਰ ਤੇ ਇਕੱਲੀ ਛੱਡ ਕੇ ਮੂੰਹ ਮੋੜ ਗਿਆ ਸੀ। ਦੀਪ ਨੂੰ ਭੁਲੇਖੇ ਪੈਂਦੇ ਕਿ ਉਹਦਾ ਚੰਨ ਕਿਧਰੋਂ ਆ ਜਾਵੇਗਾ ਤੇ ਉਹਦੇ ਹੰਝੂ ਪੂੰਝੇਗਾ। ਆਖੇਗਾ ਕਿਉਂ ਰੋਨੀ ਆ? ਮੇਰੀ ਜਾਨ ਆ ਦੇਖ ਮੈਂ ਤਾਂ ਤੇਰੇ ਕੋਲ ਆ। ਪਰ ਤੁਰ ਗਏ ਜੇ ਮੂਡ ਆਉਂਦਾ ਰੋਣੇ ਕਾ ਦੇ ਮਕਾਨਾ ਆਇਆ ਭੋਗ ਪੈ ਗਿਆ ਜਗਦੀਪ ਰੋ ਰੋ ਕੇ ਅੱਧੀ ਰਹਿ ਗਈ ਸੀ ਪਹਿਲੀ ਨਜ਼ਰੇ ਪਛਾਣੀ ਨਹੀਂ ਸੀ ਜਾਂਦੀ ਕਿ ਉਹ ਦੀਪ ਹੈ ਹਿਰਨੀ ਵਾਂਗ ਚੁੰਗੀਆਂ ਭਰਨ ਵਾਲੀ ਤੇ ਫੁੱਲਾਂ ਦੇ ਖੇੜੇ ਜਿਹਾ ਹਾਸਾ ਹੱਸਣ ਵਾਲੀ ਦੀਪ ਜਗਦੀਪ ਦੇ ਮਾਪੇ ਉਸ ਨੂੰ ਆਪਣੇ ਨਾਲ ਪੇਕੇ ਲੈ ਆਏ ਸੱਸ ਬਥੇਰੀਆਂ ਮਿੰਤਾ ਕਰਦੀ ਰਹੀ ਕਿ ਮੇਰੀ ਧੀ ਹੈ ਮੇਰੇ ਜਿਉਣ ਦਾ ਸਹਾਰਾ ਇਹਨੂੰ ਮੇਰੇ ਕੋਲ ਰਹਿਣ ਦੇਓ ਪਰ ਮਾਪਿਓ ਧੀ ਦੀ ਭਰ ਜਵਾਨੀ ਉਮਰ ਵੱਲ ਦੇਖ ਕੇ ਸੋਚਦੇ ਕਿ ਪਹਾੜ ਜਿੱਡੀ ਜ਼ਿੰਦਗੀ ਕੁੜੀ ਰੰਡੇ ਵਿੱਚ ਨਹੀਂ ਕੱਟ ਸਕੇਗੀ ਰਿਸ਼ਤੇਦਾਰਾਂ ਨੇ ਰਿਸ਼ਤਿਆਂ ਦੀ ਦੱਸ ਪਾਉਣੀ ਸ਼ੁਰੂ ਕਰ ਦਿੱਤੀ ਹੁਣ ਹਾਨ ਪਰਵਾਨ ਸੋਨਾ ਸੁਨੱਖਾ ਤੇ ਜੋੜ ਦਾ ਮੁੰਡਾ ਤਾਂ ਮਿਲਣਾ ਨਹੀਂ ਸੀ ਆਖਰ ਉਹਦੀ ਭੂਆ ਨੇ ਇੱਕ ਰਿਸ਼ਤੇ ਦੀ ਦੱਸ ਪਾਈ ਉਹਦੇ ਲਾਗਲੇ ਪਿੰਡ ਲਾਲਚੀਆਂ ਦਾ ਇਕ ਖਾਨ ਦੇ ਪਿੰਦੇ ਘਰ ਦਾ ਮੁੰਡਾ 32 ਕੋ ਸਾਲ ਦਾ ਹਟਾ ਕਟਾ ਨਾਮ ਸੀ ਜੀਤ ਸਿੰਘ ਪਹਿਲਾਂ ਵੀ ਵਿਆਹਿਆ ਹੋਇਆ ਸੀ ਪਰ ਮਾੜੇ ਕੰਮਾ ਕਰਕੇ ਅਗਲੇ ਆਪਣੀ ਧੀ ਨੂੰ ਸਮਾਨ ਸਮੇਤ ਲੈ ਗਏ ਫਿਰ 7-8 ਸਾਲ ਕਿਸੇ ਨੇ ਬਾਤ ਨਾ ਪੁੱਛੀ ਦੀਪ ਦਾ ਪਿਤਾ ਦੇਖ ਗਿਆ ਘਰਬਾਰ ਜ਼ਮੀਨ ਪਸੰਦ ਆ ਗਈ ਮੁੰਡੇ ਦੀ ਉਮਰ ਰੜਕੀ ਜੀਤ ਸਿੰਘ ਨੇ ਮੋਛਾਂ ਨੂੰ ਕੁੰਡ ਪਾਏ ਹੋਏ ਸੀ ਜਾਦਰਾ ਲੰਮਾ ਕੋੜਤਾ ਪਾ ਕੇ ਪੂਰਾ ਵੈਲੀ ਲੱਗਦਾ ਸੀ ਪਸ਼ੂਆਂ ਵਾਲੇ ਅੰਦਰ ਸ਼ਰਾਬ ਦੀ ਭੱਟੀ ਚੱਲ ਰਹੀ ਸੀ ਉਹਨੇ ਆਪਣੀ ਭੈਣ ਕੋਲ ਤੋਖਲਾਜਾ ਕੀਤਾ ਕਿ ਮੁੰਡਾ ਵੱਡੀ ਉਮਰ ਦਾ ਹੈ ਪੈਣੇ ਲੱਗਦਾ ਏ ਸ਼ਰਾਬੀ ਪਿੰਦਾ ਹੋਣਾ ਲੈ ਪਾਉ ਉਹਦੀ ਕਿਹੜੀ ਉਮਰ ਆ ਜੱਟਾਂ ਦੇ ਪੁੱਤ ਖੁੱਲੀ ਖਰਾਕਾ ਖਾ ਕੇ ਹੱਡਾ ਪੈਰਾਂ ਦੇ ਖੁੱਲੇ ਹੀ ਹੁੰਦੇ ਨੇ ਤਾਂ ਹੀ ਉਮਰ ਜ਼ਿਆਦਾ ਲੱਗਦੀ ਆ ਤੇ ਖਾਂਦੇ ਪਿੰਦੇ ਘਰਾਂ 'ਚ ਦਾਰੂ ਤਾਂ ਮਾੜੀ-ਮੋਟੀ ਚੱਲਦੀ ਹੁੰਦੀ ਐ ਤੇ ਆਪਣੀ ਕੁੜੀ ਵੀ ਕਿਹੜਾ ਕੋਈ ਕੱਜ ਕੁਵਾਰੀ ਆ ਵਿਧਵਾਏ ਇਹਦੋ ਚੰਗਾ ਮੁੰਡਾ ਹੋਰ ਨਹੀਂ ਮਿਲਣਾ ਤੁਹਾਨੂੰ ਭੂਆ ਦੀਆਂ ਨਜ਼ਰਾਂ ਵਿੱਚ ਇਹ ਇੱਕ ਬਹੁਤ ਸੋਹਣਾ ਸੁਨੱਖਾ ਤੇ ਚੰਗਾ ਮੁੰਡਾ ਸੀ ਧੀ ਦੇ ਨਾਮ ਨਾਲ ਜੁੜੇ ਵਿਧਵਾ ਸ਼ਬਦ ਨੇ ਪਿਓ ਦਾ ਦਿਮਾਗ ਸੁੰਨ ਕਰ ਦਿੱਤਾ ਸੀ ਉਸ ਜੀਤ ਸਿਉਂ ਦੀ ਤਲੀ ਤੇ ਸ਼ਗਨ ਰੱਖ ਦਿੱਤਾ ਸਾਰੇ ਗੱਲ ਸੁਣ ਕੇ ਜਗਦੀਪ ਫੇਰ ਰੋਣ ਲੱਗ ਪਈ। ਉਹਦੀ ਆਤਮਾ ਹੋਰ ਕਿਸੇ ਕੋਲ ਜਾਣ ਲਈ ਮੰਨਦੀ ਨਹੀਂ ਸੀ। ਉਹ ਸਾਰੀ ਉਮਰ ਆਪਣੇ ਚੰਨ ਨੂੰ ਯਾਦ ਕਰਦਿਆਂ ਕੱਟ ਲੈਣੀ ਚਾਹੁੰਦੀ ਸੀ। ਪਰ ਮਾਂ ਪਿਓ ਦੀਆਂ ਨਸੀਤਾਂ ਆਪਣੇ ਵਿਛੜੇ ਮਹਿਰਮ ਦਾ ਆਖਰੀ ਹੁਕਮ ਯਾਦ ਕਰਕੇ ਆਪਣਾ ਘਰ ਵਸਾ ਲਵੀ। ਇਹ ਮੇਰਾ ਹੁਕਮ ਆ। ਉਹ ਅੱਕ ਚੱਬਣ ਲਈ ਤਿਆਰ ਹੋ ਗਈ। ਵਿਆਹ ਹੋ ਗਿਆ। ਦੀਪ ਨਵੇਂ ਸਹੁਰੇ ਘਰ ਆ ਗਈ। ਸੱਸ ਨੇ ਪਾਣੀ ਵਾਰ ਕੇ ਉਹਦਾ ਮੱਥਾ ਚੁੰਮਿਆ। ਜਗਦੀਪ ਨੂੰ ਉਸ ਵਿੱਚੋਂ ਜਗਤਾਰ ਦੀ ਮਮਤਾ ਭਰੀ ਮਾਨ ਨਜ਼ਰ ਆਈ ਸੀ। ਘਰ ਵਿੱਚ ਜੀਤ ਤੋਂ ਇਲਾਵਾ ਦੋ ਜੇਠ ਇੱਕ ਉਹਦਾ ਦਿਓਰ ਸੀ। ਸਹੁਰਾ ਤਾਂ ਦਾਨਾ ਪ੍ਰਧਾਨਾ ਭਰੀ ਪੰਚਾਇਤ ਵਿੱਚ ਬਹਿਣ ਵਾਲਾ ਬੰਦਾ ਸੀ। 10-15 ਮੱਝਾਂ گاਵਾ ਵੱਡਾ ਘਰ ਟਰੈਕਟਰ ਖੜਾ ਸੀ। ਪਹਿਲੀ ਸ਼ਗਨਾ ਵਾਲੀ ਰਾਤ ਉਹ ਸੇਜ ਤੇ ਬੈਠੀ ਅੱਖਾਂ ਭਰਾਈ ਜਠਾਣੀਆਂ ਤੇ ਕੁੜੀਆਂ ਉਸ ਨੂੰ ਇਕੱਲੀ ਛੱਡ ਗਈਆਂ ਉਹਨੇ ਅੱਖਾਂ ਮੀਟ ਲਈਆਂ ਪਤੀ ਦੇਵ ਹਲੇ ਅੰਦਰ ਨਹੀਂ ਸੀ ਆਏ ਸਾਹਮਣੇ ਜਗਤਾਰ ਹੱਥਾਂ ਵਿੱਚ ਫੁੱਲਾਂ ਦਾ ਗੁਲਦਸਤਾ ਫੜੀ ਮੁਸਕਰਾ ਰਿਹਾ ਸੀ ਤੇ ਬੋਲਿਆ ਮੈਂ ਕਿਹਾ ਜੀ ਇਹ ਚੰਨ ਬੱਦਲਾਂ ਤੋਂ ਕਦੋਂ ਬਾਹਰ ਆਵੇਗਾ ਜਦੋਂ ਸਾਹਮਣੇ ਵਾਲੇ ਚੰਨ ਨੂੰ ਆਪਣੀ ਚਾਨਣੀ ਦੀ ਲੋੜ ਹੋਵੇਗੀ ਕਹਿੰਦੇ ਆ ਜਗਦੀਪ ਨੇ ਚਿਹਰੇ ਤੋਂ ਕੁੰਡ ਹਟਾਇਆ ਇੱਕ ਮਿੰਟ ਪਹਿਲਾਂ ਆਪਣੀ ਚਾਨਣੀ ਦੀ ਆਰਤੀ ਦਾ ਉਤਾਰ ਲਮ ਜਗਤਾਰ ਸੱਚਮੁੱਚ ਧੂਫ ਧੁਕਾ ਕੇ ਉਹਦੇ ਚਿਹਰੇ ਦੀ ਆਰਤੀ ਉਤਾਰਨ ਲੱਗਿਆ ਜਗਦੀਪ ਹੱਸਦੀ ਹੱਸਦੀ ਲੋਟਪੋਟ ਹੋਈ ਜਗਤਾਰ ਦੀਆਂ ਬਾਹਾਂ 'ਚ ਡਿੱਗ ਪਈ ਤੇ ਜਗਤਾਰ ਨੇ ਉਹਦਾ ਮੱਥਾ ਚੁੰਮਿਆ ਗੁਲਦਸਤਾ ਭੇਟ ਕੀਤਾ ਲੈ ਦੀਪਾਂ ਆਪਣੇ ਚੰਨ ਦੀ ਚਾਨਣੀ ਬਣ ਕੇ ਹਮੇਸ਼ਾ ਰੌਸ਼ਨੀ ਵੰਡਦੀ ਰਹੀ ਇਹਨਾਂ ਗੁਲਾਬਾਂ ਦੇ ਫੁੱਲਾਂ ਵਾਂਗ ਸਦਾ ਮਹਿਕਦੀ ਰਹੀ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਜਿੰਦੇ ਜਗਦੀਪ ਨੇ ਫੁੱਲ ਲੈ ਕੇ ਛਾਤੀ ਨਾਲ ਘੁੱਟ ਲਏ ਥਾ ਘਰ ਦੀ ਆਵਾਜ਼ ਨਾਲ ਬੂਹਾ ਖੁੱਲਿਆ ਤੇ ਜਗਤਾਰ ਅੱਖਾਂ ਓਲੇ ਹੋ ਗਿਆ ਸੀ ਤੇ ਜੀਤ ਸਿਓ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਸਾਹਮਣੇ ਖੜਾ ਝੋਲ ਰਿਹਾ ਸੀ ਜਗਦੀਪ ਨੇ ਅੱਖਾਂ ਦੇ ਅੱਥਰੂ ਪੂੰਝੇ ਉੱਠ ਕੇ ਪਤੀ ਦੇ ਪੈਰ ਹੱਥ ਲਾਏ ਜੀਤ ਸਿਉ ਨੇ ਉਹਨੂੰ ਬਾਹੋਂ ਫੜ ਕੇ ਉੱਪਰ ਕੀਤਾ ਤੇ ਬੋਲਿਆ ਬਸ ਰਹਿਣ ਦੇ ਰਹਿਣ ਦੇ ਜੀਤ ਦੇ ਮੂੰਹੋਂ ਇਹ ਸ਼ਬਦ ਸੁਣਦਿਆਂ ਜਗਦੀਪ ਦੇ ਛਾਤੀ 'ਚ ਰੁਗ ਭਰਿਆ ਗਿਆ ਸੀ ਵਿਚਾਰੀ ਜਗਦੀਪ ਪੀੜ ਨਾਲ ਇਕੱਠੀ ਹੋ ਗਈ ਜੀਤ ਬੇਸ਼ਰਮਾ ਵਾਂਗ ਹੱਸਣ ਲੱਗਿਆ ਉਹਦੇ ਸਰੀਰ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਵਿਚਾਰੀ ਜਗਦੀਪ ਅੰਦਰੋਂ ਅੰਦਰ ਰੋ ਰਹੀ ਸੀ ਜੀਤ ਮਨਮਰਜ਼ੀ ਕਰਕੇ ਕੁਹਾੜੇ ਮਾਰਨ ਲੱਗਿਆ ਜਗਦੀਪ ਵਿਚਾਰੀ ਦਾ ਅੰਗ-ਅੰਗ ਦਰਦ ਵਿੱਚ ਨਿਢਾਲ ਹੋ ਗਿਆ ਸੀ ਉਹ ਰਜਾਈ 'ਚ ਮੂੰਛ ਪਾਈ ਰੋ ਰਹੀ ਸੀ ਦੇਖ ਲੈ ਚੰਨ ਅੱਜ ਤੇਰੀ ਚਾਨਣੀ ਮੱਦਮ ਪੈ ਗਈ ਜੇ ਇਹ ਕਸਾਈ ਇੰਜ ਹੀ ਕਰਦਾ ਰਿਹਾ ਤਾਂ ਛੇਤੀ ਖਤਮ ਵੀ ਹੋ ਜਾਵੇਗੀ ਉਹਨੂੰ ਯਾਦ ਕਰਦਿਆਂ ਉਹਦੇ ਚੰਨ ਨੇ ਪਹਿਲੀ ਰਾਤ ਸਿਰਫ ਉਸ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਹੀ ਕੀਤੀਆਂ ਸੀ ਸਾਰੀ ਰਾਤ ਬੁੱਕਲ ਵਿੱਚ ਲਈ ਬੈਠਾ ਰਿਹਾ ਕਹਿੰਦਾ ਰਿਹਾ ਅੱਜ ਸਿਰਫ ਇੱਕ ਦੂਜੇ ਨੂੰ ਤੁਰ ਅੰਦਰ ਤੱਕ ਜਾਣਾਂਗੇ ਅੱਜ ਸਿਰਫ ਦੋ ਆਤਮਾਵਾਂ ਦਾ ਮਿਲਣ ਹੋਵੇਗਾ ਇਧਰ ਇਹ ਜਲਾਦ ਜਗਦੀਪ ਨੂੰ ਜੀਤ ਤੋਂ ਐਸ ਵਿਵਹਾਰ ਦੀ ਆਸ ਨਹੀਂ ਸੀ ਉਹ ਸਾਰੀ ਰਾਤ ਦੁੱਖ ਦੇ ਸਰੀਰ ਨਾਲ ਸੌ ਨਾ ਸਕੀ ਤੜਕੇ ਉੱਠਦੇ ਸੱਸ ਸੋਰੇ ਦੇ ਪੈਰੀ ਹੱਥ ਲਾਇਆ ਉਹਨਾਂ ਨੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਜਦ ਸੱਸ ਨੇ ਬਿਜਲੀ ਦੇ ਚਾਨਣ ਵਿੱਚ ਜਗਦੀਪ ਦਾ ਵਿਗੜਿਆ ਮੂੰਹ ਤੇ ਹੱਥਾਂ ਪੈਰਾਂ ਦੇ ਨੀਲ ਦੇਖੇ ਤਾਂ ਤੜਪੋਠੇ ਉਸ ਨੇ ਜਗਦੀਪ ਦੀਆਂ ਰੋ ਰੋ ਸੁਜੀਆਂ ਅੱਖਾਂ ਦੇਖੀਆਂ ਇਹ ਚੰਦਰਾ ਪਸ਼ੂ ਪੂਣੇ ਤੋਂ ਨਾ ਟਲਿਆ ਇਹ ਦੀਆਂ ਇਹਨਾਂ ਆਦਤਾਂ ਨਹੀਂ ਅੱਗੇ ਦਾ ਘਰ ਉਜਾੜਿਆ ਸੀ ਧੀਏ ਕੋਈ ਨਹੀਂ ਪੁੱਤ ਰੋ ਨਾ ਮੈਂ ਸਮਝਾਉ ਇਸ ਨੂੰ ਸਾਸ ਨੇ ਨੂੰ ਨੂੰ ਬੁੱਕਲ ਵਿੱਚ ਲੈ ਕੇ ਮੱਥਾ ਚੁੰਮਿਆ ਉਹ ਸੱਸ ਦੇ ਗਲ ਲਾ ਕੇ ਬਹੁਤ ਰੋਣਾ ਚਾਹੁੰਦੀ ਸੀ ਪਰ ਸਵੇਰੇ ਸਵੇਰੇ ਤੇ ਪਹਿਲੀ ਵਾਰ ਉਹਨੂੰ ਠੀਕ ਨਾ ਲੱਗਿਆ ਬੋਲੀ ਬੀਜੀ ਚਾਹ ਪੱਤੀ ਕਿੱਥੇ ਆ ਮੈਂ ਚਾਹ ਬਣਾ ਦੰਨੀ ਆ ਨਾ ਧੀਏ ਤੂੰ ਹੁਣੇ ਕੰਮ ਤੇ ਕਿਉਂ ਲੱਗੇ ਸੁਖ ਨਾਲ ਬਣ ਜੂ ਚਾਹ ਵੀ ਸੱਸ ਪਿਆਰ ਨਾਲ ਬੋਲੀ ਕੋਈ ਨਹੀਂ ਬੀਜੀ ਮੈਂ ਅੱਗੇ ਕਿਹੜਾ ਕਦੇ ਕੰਮ ਨਹੀਂ ਕੀਤਾ ਨਾਲੇ ਆਪਣੇ ਘਰ ਵਿੱਚ ਕੰਮ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ ਜਗਦੀਪ ਜਾਣਦੀ ਸੀ ਕਿ ਪਿਆਰ ਤੇ ਚੰਗੇ ਵਿਹਾਰ ਨਾਲ ਸਾਰਿਆਂ ਦੇ ਦਿਲ ਜਿੱਤੇ ਜਾਂਦੇ ਨੇ ਸ਼ਾਬਾਸ਼ ਬੀਬੀ ਰਾਣੀ ਸਦਕੇ ਤੇਰੀ ਸਿਆਣਪ ਦੇ ਪਰ ਕੁੜੇ ਆਪਣੀਆਂ ਕੁਝ ਰਸਮਾਂ ਕਰੀ ਦੀਆਂ ਨੇ ਫੇਰ ਨਵੀਂ ਬਹੂ ਨੂੰ ਕੰਮ ਲਾਈਦਾ ਹੁਣ ਤੂੰ ਨਹਾ ਧੋ ਲੈ ਕਹਿੰਦੇ ਹੋਏ ਸੱਸ ਵੱਡੀਆਂ ਨੂਹਾਂ ਨੂੰ ਉਠਾਉਣ ਤੁਰ ਪਈ ਜੀਤ ਚੇਟਾ ਦਿਨ ਚੜਨ ਤੇ ਵੀ ਸੁੱਤਾ ਪਿਆ ਸੀ ਜਗਦੀਪ ਪਾਣੀ ਲੈ ਕੇ ਉਹਦਾ ਮੂੰਹ ਧਵਾਉਣ ਲੱਗੀ ਉਹ ਉਂਗੜਾਈਆਂ ਪੰਨ ਦਾ ਉੱਠਿਆ ਤੇ ਜਗਦੀਪ ਤੇ ਬਲੁੰਦਰੇ ਮੂੰਹ ਵੱਲ ਦੇਖ ਕੇ ਹੱਸਿਆ ਜਗਦੀਪ ਨੇ ਨੀਵੀਂ ਪਾ ਲਈ ਤੇ ਫਿਰ ਉਸ ਨੂੰ ਚਾਹ ਪਾ ਕੇ ਫੜਾਈ ਚਾਹ ਪੀ ਕੇ ਉਹ ਪਸ਼ੂਆਂ ਵਾਲੀ ਹਵੇਲੀ ਨੂੰ ਤੁਰ ਪਿਆ ਇੰਜ ਹੀ ਦਿਨ ਬੀਤਣ ਲੱਗੇ ਸੀ ਜੀਤ ਸਿਉ ਆਪਣਾ ਸ਼ੁੱਧ ਅਸਲੀ ਰੂਪ ਦਿਖਾਉਣ ਲੱਗਿਆ ਸੀ ਹੁਣ ਉਹ ਉਸ ਨੂੰ ਤਾਨੇ ਮੇਨੇ ਦੇਣ ਨਾਲ ਉਹਦੇ ਤੇ ਹੱਥ ਵੀ ਚੁੱਕਣ ਲੱਗਿਆ ਜਠਾਣੀਆਂ ਵੀ ਵੱਡੇ ਘਰਾਂ ਦੀਆਂ ਧੀਆਂ ਹੋਣ ਕਰਕੇ ਉਹਨੂੰ ਨੱਕ ਹੀਠੀ ਨਾ ਲਿਆਉਂਦੀਆਂ। ਜੇਠ ਤਾਂ ਉਂਝੀ ਕੋਈ ਗੱਲ ਨਹੀਂ ਸੀ ਕਰਦੇ। ਨਨਾਨ ਵਿਆਹੀ ਹੋਈ ਸੀ ਤੇ ਸਹੁਰਾ ਬਾਹਰ ਅੰਦਰ ਉਤਲੇ ਕੰਮਾਂ ਤੇ ਤੁਰੇ ਰਹਿੰਦਾ ਸੀ। ਇੱਕ ਸਾਸਿ ਸੀ ਜੋ ਉਹਦੇ ਦੁੱਖਾਂ ਨੂੰ ਸੜਦੇ ਬਲ ਦੇ ਰੇਗਿਸਤਾਨ ਵਿੱਚ ਤਸਮੇ ਦੀ ਤਰ੍ਹਾਂ ਉਹਦੇ ਜਖਮਾਂ ਤੇ ਮਰਮ ਲਾਉਂਦੀ ਸੀ। ਜਦੋਂ ਜ਼ਿਆਦਾ ਦੁਖੀ ਹੁੰਦੀ ਤਾਂ ਸੱਸ ਕੋਲ ਰੋਗੇ ਦਿਲ ਹੌਲਾ ਕਰ ਲੈਂਦੀ। ਜੇਠਾਣੀਆਂ ਨੇ ਸਾਰਾ ਕੰਮ ਉਸ ਦੇ ਛੱਡ ਦਿੱਤਾ ਸੀ। ਉਹ ਸਵੇਰੇ ਉੱਠਦੀ 15 ਪਸ਼ੂਆਂ ਦਾ ਗੋਹਾ ਕੂੜਾ ਰੂੜੀ ਤੇ ਸੁੱਟਦੀ ਆਪੇ ਬੱਠਲ ਭਰਦੀ ਆਪੇ ਚੁੱਕਦੀ 10 11 ਵਜੇ ਵੇਲੀ ਹੁੰਦੀ ਦੋ ਮੰਨੀਆਂ ਖਾ ਕੇ ਟੋਕਰਾ ਭਾਂਡਿਆਂ ਦਾ ਮਾਂਜਦੀ ਸਾਰੇ ਘਰ ਵਿੱਚ ਝਾੜੂ ਪੇਚਾ ਫੇਰਦੀ ਫਰਸ਼ਾਂ ਤੇ ਪੋਚੇ ਲਾਉਂਦੀ ਹੁਣ ਪੇਟ ਵਿਚਲਾ ਬੱਚਾ ਵੀ 7 ਮਹੀਨਿਆਂ ਦਾ ਹੋ ਚੁੱਕਿਆ ਸੀ ਪਰ ਫੇਰ ਵੀ ਦਰਦ ਨਾਲ ਘੁਰ ਲਾਉਂਦੀ ਸਾਰਾ ਕੰਮ ਉਹ ਆਪ ਕਰਦੀ ਸੱਸ ਵਿਚਾਰੀ ਜਿੰਨਾ ਹੁੰਦਾ ਉਹਦੀ ਮਦਦ ਕਰਦੀ ਪਰ ਨੂਹਾ ਤੇ ਉਹਦਾ ਕੀ ਜੋਰ ਸੀ ਉਧਰੋਂ ਪਤੀ ਨੂੰ ਵੀ ਸਿਰਫ ਰਾਤ ਨੂੰ ਉਹਦਾ ਸਰੀਰ ਮਸਲਣ ਤੱਕ ਮਤਲਬ ਸੀ ਉਹਨੇ ਉਹਦਾ ਦੁੱਖ ਸੁੱਖ ਕਦੇ ਨਾ ਪੁੱਛਿਆ ਉਹ ਤਾਂ ਸ਼ਾਇਦ ਬੱਚੇ ਨੂੰ ਵੀ ਅੰਦਰ ਹੀ ਮਾਰ ਦਿੰਦਾ ਜੇ ਸੱਸ 8ਵੇਂ ਮਹੀਨੇ ਜਗਦੀਪ ਨੂੰ ਆਪਣੇ ਕੋਲ ਪਾਉਣਾ ਸ਼ੁਰੂ ਨਾ ਕਰਦੀ ਪੂਰੇ ਦਿਨਾਂ ਤੇ ਕੇਸ ਹੋ ਗਿਆ ਮੁੰਡਾ ਪੈਦਾ ਹੋਇਆ ਜਗਦੀਪ ਨੇ ਦੇਖਿਆ ਇਨ ਬਿਨ ਜਗਤਾਰ ਵਾਲੇ ਨੈਣ ਨਕਸ਼ ਉਹਨੂੰ ਉਹਦੇ ਬੋਲ ਯਾਦ ਆਏ ਮੈਂ ਤੈਨੂੰ ਤੇਰਾ ਚੰਨ ਦੇ ਕੇ ਚੱਲਿਆ ਹਾਂ ਏ ਮੈਂ ਹੀ ਹਾਂ ਉਸਨੇ ਅੱਖਾਂ ਭਰ ਕੇ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਲਿਆ ਸੱਸ ਵੀ ਦੇਖ ਕੇ ਅੱਖਾਂ ਭਰਾਈ ਉਹ ਨੂੰ ਦੇ ਦਰਦ ਨੂੰ ਸਮਝਦੀ ਸੀ ਉਹਨੇ ਬੱਚਾ ਲੈ ਕੇ ਉਹਦਾ ਮੱਥਾ ਚੁੰਮਿਆ ਤੇ ਬੋਲੀ ਲੈ ਧੀਏ ਆ ਗਿਆ ਤੇਰਾ ਦੁੱਖ ਦਰਦ ਵੰਡਾਉਣ ਵਾਲਾ ਹਾਂ ਬੀਜੀ ਇਹੋ ਤਾਂ ਮੇਰਾ ਸਭ ਕੁਝਾ ਜੀਤ ਨੇ ਜਵਾਗ ਦੇਖ ਕੇ ਮੱਥੇ ਵੱਟ ਪਾ ਲੇ ਤੇ ਬੁੜਬੜਾਇਆ ਹਰਾਮ ਦੀ ਔਲਾਦ ਸੱਸ ਪੋਤੇ ਦਾ ਨਸ਼ੋਆ ਕਰਨਾ ਚਾਹੁੰਦੀ ਸੀ ਪਰ ਜੀਤ ਸਿਉ ਟੁੱਟ ਕੇ ਪੈ ਗਿਆ ਕਿਉਂ ਮੈਂ ਕਿਉਂ ਕਰਾਂ ਇਹਦੀ ਪਾਰਟੀ ਇਹ ਕਿਹੜਾ ਮੇਰੀ ਔਲਾਦ ਆ ਮਾਂ ਨੇ ਸਮਝਾਉਣਾ ਚਾਹਿਆ ਵਿਨ ਖੱਟਿਆ ਕਿਉਂ ਚੰਦਰੇ ਬੋਲ ਮੂੰਹੋਂ ਕੱਢਦਾ ਜੇ ਘਰ ਵਾਲੀ ਤੇਰੀ ਆ ਤਾਂ ਬੱਚਾ ਵੀ ਹੁਣ ਤੇਰਾ ਹੀ ਆ ਮੇਰਾ ਕੋਈ ਬੱਚਾ ਬੁੱচ্চਾ ਨਹੀਂ ਬੁੜੀਏ ਅੱਜ ਤੋਂ ਬਾਅਦ ਮੈਨੂੰ ਇਹ ਗੱਲ ਨਾ ਆਖੀ ਜੀਤ ਮਾਂਵਲ ਆਨੇ ਕੱਢਦਾ ਬਾਹਰ ਤੁਰ ਪਿਆ ਬੇਚਾਰੀ ਜਗਦੀਪ ਅੰਦਰ ਪਈ ਸਭ ਕੁਝ ਸੁਣਦੀ ਰਹੀ ਪੁੱਤ ਨੂੰ ਕਲੇਜ ਨਾਲ ਲਾਈ ਹੰਝੂ ਘੇਰਦੀ ਰਹੀ ਉਹਨੇ ਆਪਣੀ ਸੱਸ ਨੂੰ ਕਿਹਾ 베ਜੀ ਇੱਕ ਗੱਲ ਕਰਾਂ ਜੇ ਮੰਨੋ ਤਾਂ ਹਾਂ ਦੱਸ ਪੁੱਤ ਮੰਨਾਂਗੀ ਕਿਉਂ ਨਹੀਂ ਸੱਸ ਹੁਣ ਉਹਨੂੰ ਆਪਣੀ ਧੀ ਹੀ ਸਮਝਦੀ ਸੀ। 베ਜੀ ਨਿਜਰਾਂ ਵਾਲੇ 베ਜੀ ਵੀ ਤੁਹਾਡੇ ਵਾਂਗ ਹੀ ਪਿਆਰ ਕਰਦੇ ਸਨ ਤੇ ਉਹ ਹਮੇਸ਼ਾ ਮੈਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਸੀ। ਨਿਜਰ ਪਿੰਡ ਵਿੱਚ ਜਗਦੀਪ ਦੇ ਪਹਿਲੇ ਸਹੁਰੇ ਸਨ। 베ਜੀ ਉਹ ਆਪਣੇ ਜਗਤਾਰ ਦੀ ਨਿਸ਼ਾਨੀ ਦੇਖਣ ਨੂੰ ਤਰਸਦੇ ਹੋਣਗੇ। ਜੇ ਤੁਸੀਂ ਉਹਨਾਂ ਨੂੰ ਵੀ ਸਨੇਹਾ ਭੇਜ ਦਿਓ। ਉਹ ਇਹਨੂੰ ਇੱਕ ਨਾਂ ਲਾ ਕੇ ਪੁੱਤ ਦਾ ਗਮ ਸ਼ਾਇਦ ਭੁੱਲ ਜਾਣ। ਇਹ ਕਿਹੜੀ ਗੱਲ ਆ ਧੀਏ ਜਿਉ ਦੇਖ ਨਾ ਜਾਣ ਤਾਂ ਸਾਡਾ ਕੀ ਘਸ ਜੂ ਸੱਸ ਦਾ ਇਹ ਮੋਹ ਮਾਵਾ ਵਰਗਾ ਹੀ ਸੀ ਸਵੇ ਮਹੀਨੇ ਬਾਅਦ ਬੱਚਾ ਬਾਹਰ ਵਧਾਇਆ ਗਿਆ ਜਗਤਾਰ ਦੀ ਮਾਂ ਵੀ ਪਹੁੰਚ ਗਈ ਜਗਦੀਪ ਦਾ ਮੂੰਹ ਮੱਥਾ ਚੁੰਮ ਕੇ ਛਾਤੀ ਨਾਲ ਲਾਇਆ ਜਗਦੀਪ ਰੋ ਪਈ ਬਸ ਮੇਰੀ ਧੀਏ ਤੂੰ ਕੀ ਸਮਝਦੀ ਆ ਕਿ ਮੈਂ ਤੇਰੇ ਬਿਨਾ ਬੜੀ ਸੌਖੀ ਆ ਉੱਥੇ ਬਸ ਤੈਨੂੰ ਤੇ ਜਗਤਾਰ ਨੂੰ ਯਾਦ ਕਰਕੇ ਦਿਨ ਲੰਘਦੇ ਆ ਮੇਰੇ ਆ ਦੇਖ ਆ ਗਿਆ ਮੇਰਾ ਚੰਨ ਤੇਰਾ ਚੰਨ ਸਾਡੀਆਂ ਅੱਖਾਂ ਦਾ ਤਾਰਾ ਉਹਨੇ ਪੋਤੇ ਨੂੰ ਹਿੱਕ ਨਾਲ ਘੁੱਟ ਲਿਆ ਇਹ ਤਾਂ ਨੀਰਾਪੂਰਾ ਮੇਰਾ ਜਗਤਾਰ ਆ ਮੇਰਾ ਪੁੱਤ ਮੇਰਾ ਚੰਨ ਉਹ ਬੱਚੇ ਨੂੰ ਵਾਰ-ਵਾਰ ਚੁੰਮਦੀ ਸੀ ਜਗਦੀਪ ਤੇ ਉਹਦੀ ਸੱਸ ਛਲਕਦੀਆਂ ਅੱਖਾਂ ਨਾਲ ਇੱਕ ਦੂਜੇ ਨੂੰ ਦੇਖ ਰਹੀਆਂ ਸੀ ਦੋਵੇਂ ਮਾਵਾਂ ਦੁੱਖ ਸੁੱਖ ਬਣਾਉਂਦੀਆਂ ਰਹੀਆਂ ਸੀ ਫਿਰ ਉਹਨੇ ਜਗਦੀਪ ਨੂੰ ਪੁੱਛਿਆ ਧੀਏ ਤੂੰ ਇੱਥੇ ਸੁਖੀ ਤਾਂ ਹੈ ਬਸ ਠੀਕ ਆ ਮੇਜੀ ਦਿਨ ਲੰਘੀ ਜਾਂਦੇ ਨੇ ਇਹੋ ਜੀ ਮਾਂ ਤੈਨੂੰ ਛੱਡ ਕੇ ਆਈ ਸੀ ਇਹੋ ਜੀ ਮਾਂ ਮੈਨੂੰ ਇੱਥੇ ਵੀ ਮਿਲ ਗਈ ਬਸ ਇਹਨਾਂ ਦੇ ਸਹਾਰੇ ਦਿਨ ਕੱਟ ਜਾਣਗੇ ਜਗਦੀਪ ਹੋਕਾ ਖਿੱਚ ਗਈ ਧੀਏ ਕਦੇ ਮੈਨੂੰ ਵੀ ਮਿਲਾਇਆ ਕਰ ਉਥੇ ਦੂਜੀਆਂ ਨੂਹਾਂ ਦਾ ਤਾਂ ਤੈਨੂੰ ਪਤਾ ਹੀ ਆ ਟੁੱਕ ਦੇ ਡੇਲਾ ਨਹੀਂ ਜਾਣਦੀਆਂ ਭੈਣ ਜੀ ਭੇਜੋਗੇ ਨਾ ਇਹਨੂੰ ਸਾਡੇ ਕੋਲ ਪਹਿਲੀ ਸੱਸ ਨੇ ਦੂਜੀ ਸੱਸ ਕੋਲ ਤਰਲਾ ਲਿਆ ਨਾਲੇ ਤੁਸੀਂ ਵੀ ਮਿਲਾਇਆ ਕਰੋ ਸਾਨੂੰ ਕੋਈ ਨਹੀਂ ਭੈਣ ਜੀ ਇਹ ਵੀ ਤੁਹਾਡੀ ਧੀ ਆ ਮੈਂ ਲੈ ਕੇ ਆਵਾਂਗੀ ਕਦੇ ਇਸ ਨੂੰ ਦੂਜੀ ਸੱਸ ਨੇ ਪ੍ਰੌਣੀ ਦਾ ਮਾਣ ਰੱਖਿਆ ਤੇ ਦੂਜੇ ਦਿਨ ਪਹਿਲੀ ਸੱਸ ਨੂੰ 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 ਗੱਲ ਨਾਲ ਲਾ ਕੇ ਆਪਣੇ ਪਿੰਡ ਨਿਜਰਾਂ ਨੂੰ ਤੁਰ ਪਈ ਹੁਣ ਜੀਤ ਸਿੰਘ ਦਾ ਜ਼ੁਲਮ ਹੋਰ ਵੱਧ ਗਿਆ ਸੀ ਉਸ ਨੇ ਬੱਚੇ ਨੂੰ ਚੱਕਣਾ ਤਾਂ ਦੂਰ ਕਦੇ ਬੁਲਾਇਆ ਤੱਕ ਨਾ ਜਗਦੀਪ ਉਸ ਨੂੰ ਪਿਆਰ ਨਾਲ ਸਿੱਧੇ ਰਾਹ ਤੇ ਲਿਆਉਣਾ ਚਾਹੁੰਦੀ ਸੀ ਉਹ ਨੂੰ ਪਿਆਰ ਨਾਲ ਬੁਲਾਉਂਦੀ ਪਰ ਉਹ ਅੱਗੋਂ ਉਖੜੇ ਕੋਹਾੜੇ ਦੀ ਤਰ੍ਹਾਂ ਪੈਂਦਾ ਹੁਣ ਉਹ ਉਸ ਨੂੰ ਜਵਾਕ ਦੇ ਮੇਨੇ ਵੀ ਦੇਣ ਲੱਗ ਪਿਆ ਸੀ ਸਾਲਾ ਹਰਾਮੀ ਪਤਾ ਨਹੀਂ ਕਿਹੋ ਜਿਹਾ ਪਿਓ ਦਾ ਪੁੱਤ ਚੁੱਕ ਲਈ ਨਾਲ ਹੀ ਇਸ ਸੁਗਾਤ ਨੂੰ ਦੇਖੋ ਜੀ ਰੱਬ ਦਾ ਵਾਸਤਾ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਿਆ ਕਰੋ ਪਰ ਉਹਨਾਂ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ। ਉਹਨਾਂ ਨੇ ਕੀ ਵਿਗਾੜਿਆ ਤੁਹਾਡਾ? ਵਿਚਾਰੀ ਬੇਵਸ ਜਗਦੀਪ ਅੱਗੇ ਹੱਥ ਜੋੜਦੀ। ਕੰਜਰਾਂ ਦੀ ਏ ਓਸ ਖਸਮ ਦਾ ਬੜਾ ਦਰੇ ਕਰਦੀ ਆਂ। ਮਰ ਜਾਂਦੀ ਫੇਰ ਉਹਦੇ ਨਾਲ ਹੀ ਕਿਉਂ ਬੈਠੀ ਸੀ ਮੇਰੇ ਜੋਗੀ? ਉਹ ਉਹਨੂੰ ਮਾਰਨ ਲਈ ਅੱਗੇ ਵਧਿਆ। ਸੱਸ ਨੇ ਅੱਗੇ ਹੋ ਕੇ ਬਚਾ ਕੀਤਾ। ਸਹੁਰੇ ਨੇ ਵੀ ਕਈ ਵਾਰ ਸਮਝਾਇਆ। ਪਰ ਉਸਨੇ ਕੀ ਸਮਝਣਾ ਸੀ ਐਵੇਂ ਨਰਕ ਭੋਗਦੇ ਆ ਸਮਾਂ ਲੰਘਦਾ ਗਿਆ ਬੱਚਾ 2 ਸਾਲ ਦਾ ਹੋ ਗਿਆ ਗੱਲਾਂ ਕਰਨ ਲੱਗ ਪਿਆ ਸੀ ਪਿਓ ਨੂੰ ਪਾਪਾ ਪਾਪਾ ਕਰਦਾ ਪਰ ਉਹ ਅੱਗੋਂ ਛਿੜਕ ਦਿੰਦਾ ਚੱਲ ਪਰਾਂ ਸਾਲਾ ਹਰਾਮੀ ਦਫਾ ਹੋ ਮੇਰੇ ਕੋਲ ਵਿਚਾਰੀ ਜਗਦੀਪ ਅੱਗੇ ਹੋ ਕੇ ਬੱਚਾ ਚੁੱਕ ਕੇ ਪਰੇ ਲੈ ਜਾਂਦੀ ਬੱਚੇ ਦਾ ਨਾਮ ਗੁਰਚਰਨ ਰੱਖਿਆ ਗਿਆ ਜਗਦੀਪ ਤੇ ਉਹਦੀ ਸੱਸ ਬੱਚੇ ਨੂੰ ਲੈ ਕੇ ਨਿਜਰਾ ਮਿਲਣ ਗਈਆਂ ਪਹਿਲੀ ਸੱਸ ਨੂੰ ਬਹੁਤ ਚਾ ਚੜਿਆ ਨੂੰ ਪੋਤੇ ਨੂੰ ਕੁੱਟ ਕੇ ਹਿੱਕ ਨਾਲ ਲਾਇਆ ਸਹੁਰੇ ਨੇ ਵੀ ਪਿਓ ਵਾਂਗ ਪਿਆਰ ਦਿੱਤਾ ਅੱਖਾਂ ਭਰ ਆਇਆ ਜਗਦੀਪ ਨੇ ਰੋਟੀ ਪਾਣੀ ਆਪਣੇ ਹੱਥੀ ਕੀਤਾ ਸਾਰੇ ਕਮਰੇ ਇੱਥੋਂ ਤੱਕ ਕਿ ਪਸ਼ੂਆਂ ਵਾਲਾ ਕਮਰਾ ਤੂੜੀ ਵਾਲਾ ਕੋਠਾ ਰੂੜੀ ਸਭ ਥਾਂ ਅੱਖਾਂ ਭਰ ਭਰ ਕੇ ਦੇਖੀ ਉਹ ਜਦੋਂ ਉਸ ਨੂੰ ਕਮਰੇ ਵਿੱਚ ਗਈ ਜੋ ਕਦੇ ਉਹਦਾ ਆਪਣਾ ਕਮਰਾ ਹੁੰਦਾ ਸੀ ਜਿਸ ਵਿੱਚ ਉਹਨੇ ਜਗਤਾਰ ਨਾਲ ਕਿੰਨੀਆਂ ਹੀ ਰਾਤਾਂ ਗੁਜ਼ਾਰੀਆਂ ਸਨ ਡੇਢ ਸਾਲ ਉਸ ਕਮਰੇ ਵਿੱਚ ਆਪਣੇ ਚੰਨ ਦਾ ਰਜਮਾ ਪਿਆਰ ਮਾਣਿਆ ਸੀ ਉਸੇ ਕਮਰੇ ਵਿੱਚ ਚੰਨ ਨਾਲ ਆਪਣੀ ਫੋਟੋ ਕਾਣਸ ਤੇ ਪਈ ਦੇਖੀ ਜਿਸ ਵਿੱਚ ਉਹ ਖੇੜ ਖੜਾ ਕੇ ਹੱਸ ਰਹੀ ਸੀ ਜਗਤਾਰ ਬੜੇ ਪਿਆਰ ਨਾਲ ਉਸ ਵੱਲ ਦੇਖ ਰਿਹਾ ਸੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਚੰਨਾ ਕਿੱਥੇ ਗਏ ਉਹ ਦਿਨ ਕਿੰਨਾ ਪਿਆਰ ਕਿਉਂ ਕਰਦਾ ਸੀ ਤੂੰ ਮੈਨੂੰ ਜੇ ਮੈਨੂੰ ਛੱਡ ਕੇ ਜਾਣਾ ਸੀ ਜਿਸ ਨੂੰ ਮੈਂ ਕਦੇ ਭੁਲਾ ਹੀ ਨਾ ਸਕਾਂ ਜੇ ਤੂੰ ਵੀ ਜਿੱਤੇ ਵਾਂਗ ਮੈਨੂੰ ਦੁਖੀ ਕਰਦਾ ਹੁੰਦਾ ਤਾਂ ਤੇਰਾ ਜਾਣਾ ਮੈਨੂੰ ਇੰਨਾ ਦੁਖੀ ਨਾ ਕਰਦਾ ਇੱਕ ਵਾਰ ਵੀ ਆ ਕੇ ਨਹੀਂ ਪੁੱਛਿਆ ਕਿ ਤੇਰੀ ਦੀਪ ਕਿੰਨੀ ਔਖੀ ਆ ਲੈ ਚੱਲ ਮੈਨੂੰ ਵੀ ਆਪਣੇ ਨਾਲ ਮੈਂ ਤੇਰੇ ਬਿਨਾ ਕੱਖਾਂ ਵਾਂਗ ਰੁਲ ਗਈ ਉਹ ਰੋ ਰੋ ਬੇਹਾਲ ਹੋ ਗਈ ਦੋਵਾਂ ਮਾਮਾ ਨੇ ਉਸ ਨੂੰ ਚੁੱਪ ਕਰਵਾਇਆ ਜਠਾਣੀਆਂ ਵੀ ਆ ਕੇ ਮਿਲੀਆਂ ਉਹ ਵੀ ਦੀਪ ਦਾ ਬਹੁਤ ਮੋਹ ਕਰਦੀਆਂ ਸਨ ਰੋਟੀ ਪਾਣੀ ਖਾ ਕੇ ਰਾਤੀ ਬਿਸਤਰਿਆਂ ਤੇ ਬੈਠੇ ਤਾਂ ਜਗਦੀਪ ਦੀ ਪਹਿਲੀ ਸੱਸ ਥੋੜਾ ਝੱਕਦੇ ਹੋਏ ਬੋਲੀ ਭੈਣ ਜੀ ਮੈਂ ਕੁਝ ਕਹਿਣਾ ਚਾਹੁੰਨੀ ਆ ਜੇ ਗੁੱਸਾ ਨਾ ਕਰੋ ਤਾਂ ਕਹੋ ਭੈਣ ਜੀ ਗੁੱਸਾ ਭਲਾ ਕਾ ਤੋ ਕਰਨਾ ਦੂਜੀ ਸੱਸ ਨੇ ਬੜੇ ਪਿਆਰ ਨਾਲ ਕਿਹਾ ਭੈਣ ਜੀ ਦੇਖੋ ਮਹਾਰਾਜ ਨੇ ਦੀਪ ਦੀ ਕੁੱਖ ਤਾਂ ਫੇਰ ਭਰ ਦੇਣੀ ਆ ਮਹਾਰਾਜ ਨੇ ਚਾਹਿਆ ਤਾਂ ਚੰਗੀ ਦਾਤ ਹੀ ਬਖਸ਼ੇਗਾ ਮੈਂ ਚਾਹੁੰਨੀ ਆ ਕਿ ਤੁਸੀਂ ਗੁਰਚਰਨ ਨੂੰ ਮੈਨੂੰ ਦੇ ਦਿਓ ਉਹ ਛੇਤੀ ਨਾਲ ਕਿਹਾ ਕਿ ਪਹਿਲੀ ਸੱਸ ਚੁੱਪ ਹੋ ਗਈ ਤੇ ਦੋਹਾਂ ਦੇ ਮੂੰਹਾਂ ਵੱਲ ਦੇਖਣ ਲੱਗ ਪਈ ਜਗਦੀਪ ਤੇ ਉਹਦੀ ਸੱਸ ਇੱਕ ਦੂਜੇ ਵੱਲ ਦੇਖਣ ਲੱਗੀਆਂ ਦੂਜੀ ਸੱਸ ਕਿੰਨਾ ਚਿਰ ਕੁਝ ਨਾ ਬੋਲ ਸકી ਮੇਰੀ ਤਾਂ ਭੈਣ ਜੀ ਬਸ ਬੇਨਤੀ ਹੀ ਸੀ ਕੋਈ ਜ਼ੋਰ ਤਾਂ ਨਹੀਂ ਤੁਹਾਡੇ ਤੇ ਜੇ ਤੁਹਾਡਾ ਦਿਲ ਨਹੀਂ ਮੰਨਦਾ ਚਲੋ ਕੋਈ ਗੱਲ ਨਹੀਂ ਪਹਿਲੀ ਸੱਸ ਨੇ ਅੱਖਾਂ ਭਰ ਲਈਆਂ ਹਾਂ 베ਜੀ ਆ ਠੀਕ ਹੀ ਕਹਿ ਰਹੇ ਨੇ ਉਹ ਮੇਰੇ ਬੱਚੇ ਨੂੰ ਹਮੇਸ਼ਾ ਹਰਾਮੀ ਦੀ ਔਲਾਦ ਕਹਿੰਦੇ ਨੇ ਉਹਨਾਂ ਨੇ ਕਿਹਾ ਵੀ ਆ ਕਿ ਉਹ ਗੁਰਚਰਨ ਨੂੰ ਆਪਣਾ ਪੁੱਤ ਕਦੇ ਨਹੀਂ ਸਮਝਣਗੇ ਤਾਂ ਫਿਰ ਉੱਥੇ ਮੇਰੇ ਬੱਚੇ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ ਉਹ ਜਦੋਂ ਉਹਨੂੰ ਗਾਲ੍ਹਾਂ ਕੱਢਦੇ ਨੇ ਮੈਨੂੰ ਜਰਿਆ ਨਹੀਂ ਜਾਂਦਾ ਮੈਂ ਬੋਲਦੀ ਆ ਤਾਂ ਘਰ 'ਚ ਕਲੇਸ਼ ਪੈਂਦਾ ਸੋ ਜੇ ਇੱਥੇ ਰਹੇਗਾ ਤਾਂ ਬੀਜੀ ਹੋਰੇ ਵੀ ਆਪਣੇ ਬੁਢਾਪੇ ਦੇ ਦਿਨ ਇਹਦੇ ਸਹਾਰੇ ਕੱਟ ਲੈਣਗੇ ਏ ਵੀ ਕੋਈ ਚੰਗੀ ਜੂਨ ਜਿਉ ਲੈਣਗੇ ਅੱਗੇ ਤੁਸੀਂ ਆਪ ਸਿਆਣਿਓ ਜਗਦੀਪ ਨੇ ਦਿਲ ਦੀ ਕਹਿ ਸੁਣਾਈ ਸੱਸ ਕਿੰਨਾ ਚਿਰ ਚੁੱਪ ਰਹੀ ਤੇ ਸੋਚਦੀ ਰਹੀ ਫਿਰ ਬੋਲੀ ਸਲਾਹਤੀਏ ਮੇਰੀ ਕੋਈ ਤੇਥੋਂ ਵੱਖਰੀ ਆ ਮੈਨੂੰ ਵੀ ਕਲੇਜੇ ਨੂੰ ਬਲੇਟ ਫਿਰਦੇ ਆ ਜਦੋਂ ਕਾਕੇ ਨੂੰ ਮੰਦਾ ਚੰਗਾ ਬੋਲਦਾ ਪਰ ਮੈਂ ਕੱਲੀ ਤਾਂ ਕੁਝ ਨਹੀਂ ਕਰ ਸਕਦੀ ਤੇਰੇ ਬਾਪੂ ਜੀ ਨਾਲ ਸਲਾਹ ਕਰਨੀ ਹੋਊਗੀ ਸਾਨੂੰ ਕੋਈ ਨਹੀਂ ਭੈਣ ਜੀ ਤੁਸੀਂ ਸਲਾਹ ਕਰਕੇ ਦੱਸ ਦਿਓ ਤੁਹਾਡੇ ਭਾਈ ਨੇ ਹਲੇ ਜਗਤਾਰ ਦੀ ਜ਼ਮੀਨ ਨਹੀਂ ਵੰਡੀ ਉਹ ਅਸੀਂ ਗੁਰਚਰਨ ਦੇ ਨਾਮ ਲਵਾ ਦੇਾਂਗੇ ਹੁਣ ਇਹ ਮਾਂ ਦੇ ਦੁੱਧ ਤੋਂ ਬਿਨਾਂ ਰਹਿ ਸਕਦਾ ਰੋਟੀ ਪਾਣੀ ਵੀ ਖਾ ਲੈਂਦਾ ਮੈਂ ਸੰਭਾਲ ਲਵਾਂਗੀ ਪਹਿਲੀ ਸੱਸ ਕੁਝ ਆਸ਼ਵੰਦ ਹੋ ਕੇ ਖੁਸ਼ ਹੋ ਗਈ ਸੀ ਉਹਨੇ ਉਹਨਾਂ ਨੂੰ 2 ਦਿਨ ਰੱਖ ਲਿਆ ਤੁਰਨ ਲੱਗਿਆਂ ਜਗਦੀਪ ਨੂੰ ਤਿੰਨ ਵਧੀਆ ਸੂਟ ਕਾਕੇ ਦੀਆਂ ਵਰਦੀਆਂ ਜੀਤ ਸਿਉਂ ਦੇ ਕੱਪੜੇ ਵੀ ਲੈ ਕੇ ਦਿੱਤੇ ਉਸ ਤੋਂ ਬਾਅਦ ਉਹ ਸੱਸ ਨੂੰ ਹਾਂ ਜਗਦੀਪ ਦੇ ਪੇਕਿਆਂ ਆ ਗਈਆਂ ਉਹਨਾਂ ਨਾਲ ਵੀ ਸਲਾਹ ਹੋਈ ਉਹ ਵੀ ਸਹਿਮਤ ਹੋ ਗਏ ਵਾਪਸ ਆ ਕੇ ਸੱਸ ਨੇ ਜਗਦੀਪ ਦੇ ਸਹੁਰੇ ਨਾਲ ਸਲਾਹ ਕੀਤੀ ਉਹ ਬੜਾ ਸਿਆਣਾ ਬੰਦਾ ਸੀ ਸਾਰੀ ਸਥਿਤੀ ਦੇਖਦਿਆਂ ਉਹ ਵੀ ਰਜ਼ਾਮੰਦ ਹੋ ਗਿਆ ਜੀਤ ਸਿਉ ਲਈ ਤਾਂ ਬਿੱਲੀ ਦੇ ਭਾਗੀ ਛਿਟਕਾ ਟੁੱਟਾ ਸੀ ਜੇਟ ਜਠਾਣੀਆਂ ਦੀ ਵੀ ਸਲਾਹ ਲਈਤੀ ਗਈ ਉਹਨਾਂ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ ਸਾਰੀ ਸਲਾਹ ਕਰਕੇ ਜਗਦੀਪ ਦੇ ਪਹਿਲੇ ਸਹੁਰੇ ਨਿਜਰਾ ਸੁਨੇਹਾ ਭੇਜ ਦਿੱਤਾ ਗਿਆ ਜਗਦੀਪ ਦੇ ਸੱਸ ਸਹੁਰਾ ਤੇ ਵਿਆਹੀ ਹੋਈ ਨਣ ਦਾ ਆ ਗਏ ਜੀਤ ਸਿਓ ਨੇ ਸਿਰਫ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਦੋਵੇਂ ਬਜ਼ੁਰਗ ਬੜੇ ਚਾਹ ਤੇ ਪਿਆਰ ਨਾਲ ਮਿਲੇ ਦੂਜੇ ਸਹੁਰੇ ਨੇ ਪਹਿਲੇ ਕੋਲ ਪੁੱਤਰ ਦੇ ਤੁਰ ਜਾਣ ਤੇ ਅਫਸੋਸ ਕੀਤਾ ਫਿਰ ਦੋਵੇਂ ਅੱਖਾਂ ਭਰ ਆਏ ਰਾਤ ਨੂੰ ਸਾਰੇ ਜੁੜ ਕੇ ਬੈਠੇ ਤੇ ਗੱਲਾਂ ਤੋਰੀਆਂ ਲੈ ਪਾਈਆ ਇਹ ਬੱਚਾ ਤੁਹਾਡਾ ਹੀ ਨਹੀਂ ਸਾਡਾ ਵੀ ਜਿਗਰ ਦਾ ਟੁਕੜਾ ਹੈ ਇਹ ਤਾਂ ਸਾਡੇ ਵੇੜੇ ਦੀ ਰੌਣਕ ਆ ਅਸੀਂ ਤੁਹਾਡਾ ਦੁੱਖ ਸਮਝਦੇ ਆ ਤੁਹਾਡੇ ਵਰਗੀ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ ਇਹ ਕਾਕਾ ਤੁਹਾਡੇ ਬੁਢਾਪੇ ਦਾ ਸਹਾਰਾ ਬਣੇ ਸਾਨੂੰ ਹੋਰ ਕੀ ਚਾਹੀਦਾ ਠੀਕ ਹੈ ਜੀਤ ਸਿੰਘ ਤਾਂ ਕੰਮ ਲਾਇਆ ਪਰ ਅਸੀਂ ਤਾਂ ਇਹਨੂੰ ਦੇਖ ਕੇ ਜਿਉਨੇ ਆ ਪਰ ਕੋਈ ਨਹੀਂ ਵਾਹਿਗੁਰੂ ਸਾਨੂੰ ਹੋਰ ਬਖਸ਼ੇਗਾ ਇਹ ਅੱਜ ਤੋਂ ਤੁਹਾਡੀ ਝੋਲੀ ਪਾਇਆ ਇਹ ਤੁਹਾਡਾ ਹੀ ਪੁੱਤ ਆ ਦੂਜੇ ਸਹੁਰੇ ਨੇ ਕਿਹਾ ਬਜ਼ੁਰਗ ਦੀਆਂ ਅੱਖਾਂ ਭਰ ਆਈਆਂ ਦੂਜੇ ਸਹੁਰੇ ਨੇ ਕੁੱਟ ਕੇ ਹੱਥ ਫੜ ਲਏ ਭਾਈਆ ਤੁਹਾਡਾ ਇਹ एहसान ਮੈਂ ਕਦੇ ਨਹੀਂ ਭੁੱਲਾਂਗਾ ਤੁਸੀਂ ਸਾਨੂੰ ਸਾਡਾ ਜਗਤਾਰ ਵਾਪਸ ਕਰ ਦਿੱਤਾ ਇਹ ਤੁਹਾਡੀ ਕੁਰਬਾਨੀ ਆ ਅਸੀਂ ਸਾਰੀ ਉਮਰ ਤੁਹਾਡਾ ਕਰਜ਼ਾ ਨਹੀਂ ਉਤਾਰ ਸਕਦੇ ਬਾਈ ਜੀ ਕੋਈ ਐਹਸਾਨ ਨਹੀਂ ਅਸੀਂ ਤਾਂ ਤੁਹਾਡੀ ਅਮਾਨਤ ਤੁਹਾਨੂੰ ਦਿੱਤੀ ਆ ਦੋਵੇਂ ਪਰਿਵਾਰ ਇੱਕ ਦੂਜੇ ਲਈ ਬਹੁਤ ਖੁਸ਼ ਸਨ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਜਗਦੀਪ ਸਾਰੀ ਰਾਤ ਸੌਂ ਨਾ ਸਕੀ ਉਹ ਸਾਰੀ ਰਾਤ ਆਪਣੇ ਬੱਚੇ ਨੂੰ ਕੁੱਟ-ਕੁੱਟ ਕੇ ਹਿੱਕ ਨਾਲ ਰਲੌਂਦੀ ਤੇ ਚੁੰਮਦੀ ਰਹੀ ਮੇਰੇ ਚੰਨ ਤੂੰ ਚੱਲਿਆ ਸਵੇਰੇ ਮੈਨੂੰ ਕੱਲੀ ਨੂੰ ਛੱਡ ਕੇ ਤੂੰ ਵੀ ਚੱਲਿਆ ਏ ਕਦੇ ਉਹ ਵੀ ਚਲਾ ਗਿਆ ਸੀ ਏਸੀ ਤਰ੍ਹਾਂ ਮੈਨੂੰ ਕੱਲੀ ਨੂੰ ਛੱਡ ਕੇ ਰਾਤੀ ਤੇਰਾ ਮੂੰਹ ਚੁੰਮ ਕੇ ਸਾਰੇ ਦੁੱਖ ਭੁੱਲ ਜਾਂਦੀ ਆ ਮੈਂ ਤੈਨੂੰ ਭਾਵੇਂ ਸਮਝ ਨਹੀਂ ਸੀ ਫਿਰ ਵੀ ਸਾਰਾ ਦੁੱਖ ਸੁੱਖ ਤੇਨੂੰ ਦੱਸਦੀ ਆ ਜਦ ਤੂੰ ਹੂੰ ਕਰਕੇ ਹੁੰਗਾਰੇ ਭਰਦਾ ਤਾਂ ਮੈਨੂੰ ਲੱਗਦਾ ਮੇਰਾ ਜਗਤਾਰ ਮੇਰਾ ਦੁੱਖ ਵੰਡਾ ਰਿਹਾ ਹੋਵੇ ਤੂੰ ਆਪਣੀ ਮੰਮੀ ਨੂੰ ਭੁੱਲ ਤਾਂ ਨਹੀਂ ਜਾਏਂਗਾ ਮੇਰੇ ਬੱਚੇ ਉਹ ਫੇਰ ਰੋਣ ਲੱਗ ਪਏ ਪਰ ਦੂਜੇ ਪਲ ਫੇਰ ਸੰਭਲ ਗਈ ਨਹੀਂ ਮੈਂ ਕਿਉਂ ਰੋਵਾਂ ਸੁਖੀ ਸੰਦੀ ਤੂੰ ਉੱਥੇ ਜਾ ਕੇ ਬਹੁਤ ਖੁਸ਼ ਰਹੇਗਾ ਤੇਰੀ ਦਾਦੀ ਮੰਮੀ ਤੈਨੂੰ ਬਹੁਤ ਪਿਆਰ ਕਰੇਗੀ ਪਰ ਕਦੇ-ਕਦੇ ਮੈਨੂੰ ਵੀ ਮਿਲ ਜਾਇਆ ਕਰ ਰਾਤ ਨੂੰ ਆਪਣੀ ਇਸ ਮਨ ਨੂੰ ਕਿੱਥੇ ਭਾਲਿਆ ਕਰੇਗਾ ਉਹ ਕਦੇ ਦਿਲ ਢੋਂਦੀ ਕਦੇ ਹਿੰਮਤ ਫੜਦੀ ਮਾ ਦਾ ਦਿਲ ਜੋ ਹੋਇਆ ਦਿਨ ਚੜਿਆ ਸਾਰੇ ਨਹਾ ਤੋ ਕੇ ਬੱਚੇ ਨੂੰ ਲੈ ਕੇ ਗੁਰਦੁਆਰੇ ਸਾਹਿਬ ਗਏ ਬਾਬਾ ਜੀ ਤੋਂ ਅਰਦਾਸ ਕਰਵਾਈ ਹੁਕਮਨਾਮਾ ਲਿਆ ਜਗਦੀਪ ਨੇ ਬੱਚਾ ਸੱਸ ਦੀ ਝੋਲੀ ਪਾ ਦਿੱਤਾ ਸਾਰਿਆਂ ਨੇ ਗੁਰੂ ਘਰ ਤੋਂ ਬੱਚੇ ਦੀ ਸੁੱਖ ਤੇ ਲੰਮੀ ਉਮਰ ਦੀਆਂ ਦੁਆਵਾਂ ਮੰਗੀਆਂ ਅਖੀਰ ਵਿਛੜਨ ਦਾ ਸਮਾਂ ਆਇਆ ਬੱਚਾ ਬਾਵਾ ਓਲਾਰ ਓਲਾਰ ਕੇ ਜਗਦੀਪ ਵੱਲ ਆਉਂਦਾ ਸੀ ਮੰਮੀ ਮੰਮੀ ਕਰਦਾ ਰੋਣ ਲੱਗਿਆ ਜਗਦੀਪ ਦਿਲ ਤੇ ਪੱਥਰ ਰੱਖ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਜਾਂਦੇ ਦੇਖਦੀ ਰਹੀ ਇੱਕ ਵਾਰ ਉਹਦੇ ਦਿਲ 'ਚ ਕੋਈ ਚੀਜ਼ ਉਠੀ ਅੰਦਰ ਮੰਜੇ ਤੇ ਟਹਿ ਗਈ। ਉਹਨੂੰ ਲੱਗਿਆ ਜਿਵੇਂ ਅੱਜ ਇੱਕ ਵਾਰ ਫੇਰ ਆਪਣੇ ਜਗਤਾਰ ਤੋਂ ਵਿਛੜ ਗਈ ਹੋਵੇ। ਉਹ ਇੱਕ ਵਾਰ ਫੇਰ ਇਕੱਲੀ ਰਹਿ ਗਈ ਸੀ। ਰੋਂਦੀ ਨੂੰ ਸੱਸ ਨੇ ਗੱਲ ਨਾਲ ਲਾਇਆ। "ਬਸ ਮੇਰੀ ਧੀ ਹੁਣ ਦਿਲ ਤਕੜਾ ਕਰ ਲੈ। ਉਹ ਕਿਤੇ ਬਗਾਨੇ ਤਾਂ ਥੋੜੀ ਗਿਆ ਆਪਣੇ ਘਰ ਗਿਆ। ਹੁਣ ਜਗਦੀਪ ਦੇ ਦਿਨ ਹੋਰ ਵੀ ਫਿੱਕੇ ਹੋ ਗਏ ਸੀ।" ਸਾਰਾ ਦਿਨ ਚੁੱਪਚਾਪ ਕੰਮ ਕਰਦੀ ਰਹਿੰਦੀ ਜੀਤ ਸਿੰਘ ਦਾ ਕਸਾਈ ਪੁਣਾ ਉਵੇਂ ਹੀ ਜਾਰੀ ਸੀ ਇੱਕ ਗਮ ਇੱਕ ਦੁੱਖ ਦੀਪ ਦੇ ਅੰਦਰ ਘਾਰ ਕਰ ਗਿਆ ਸੀ ਉਹ ਹੌਲੀ ਹੌਲੀ ਬਿਮਾਰ ਰਹਿਣ ਲੱਗ ਪਈ 6 ਮਹੀਨੇ ਚ ਹੱਡੀਆਂ ਦੀ ਮੁੱਠ ਬਣ ਗਈ ਸੀ ਸੱਸ ਸਹੁਰਾ ਬਹੁਤ ਫਿਕਰਮੰਦ ਸੀ ਉਹਨੂੰ ਕਈ ਹਸਪਤਾਲਾਂ ਵਿੱਚ ਚੈੱਕ ਕਰਵਾਇਆ ਉਹਦੀ ਮਰਜ਼ ਕਿਸੇ ਨੇ ਨਾ ਸਮਝੀ ਸਮਝ ਆਉਣੀ ਵੀ ਕਿਵੇਂ ਸੀ ਉਹਦੇ ਤਾਂ ਹੱਡਾਂ ਨੂੰ ਗਮ ਖਾ ਰਿਹਾ ਸੀ ਸੱਜਣ ਦੀਆਂ ਯਾਦਾਂ ਉਸ ਨੂੰ ਸੱਜਣ ਵੱਲ ਲਈ ਜਾ ਰਹੀਆਂ ਸਨ ਸੱਸ ਪੁੱਛਦੀ ਧੀਏ ਤੈਨੂੰ ਦੁੱਖ ਕੀ ਆ ਸਾਨੂੰ ਦੱਸ ਤਾਂ ਸਹੀ ਅਸੀਂ ਤੇਰਾ ਇਲਾਜ ਕਰਵਾਈਏ ਬੇਜੀ ਮੈਨੂੰ ਆਪ ਨਹੀਂ ਪਤਾ ਲੱਗਦਾ ਮੈਨੂੰ ਕੀ ਦੁੱਖਾ ਬਿਮਾਰੀ ਕੋਈ ਮੈਨੂੰ ਮਹਿਸੂਸ ਹੁੰਦੀ ਹੀ ਨਹੀਂ ਪਤਾ ਨਹੀਂ ਬਸ ਅੰਦਰ ਖੋਪ ਪੈਂਦੀ ਰਹਿੰਦੀ ਆ ਤੂੰ ਕਾਕੇ ਦਾ ਗਮ ਕਰਦੀ ਆ ਧੀਏ ਜੇ ਇਹ ਗੱਲ ਆ ਤਾਂ ਆਪਾਂ ਉਸ ਨੂੰ ਵਾਪਸ ਲੈ ਆਉਨੇ ਆਂ ਨਹੀਂ 베ਜੀ ਉਹਦਾ ਮੈਨੂੰ ਕੋਈ ਗਮ ਨਹੀਂ ਉਹ ਤਾਂ ਸੁਖ ਚਾ ਉਥੇ ਸਗੋ ਉਹਦੇ ਵੱਲੋਂ ਤਾਂ ਮੈਨੂੰ ਬੜੀ ਖੁਸ਼ੀ ਆ ਨਾਲੇ 베ਜੀ ਹਫ਼ਤੇ 10 ਦਿਨਾਂ ਬਾਅਦ ਮਿਲਾ ਕੇ ਤਾਂ ਲੈ ਜਾਂਦੇ ਆ ਉਹ ਮੈਨੂੰ ਫੇਰ ਕੀ ਸੋਚ ਰਹੀ ਆ ਧੀਏ ਦੱਸਿਆ ਹੀ ਗਮ ਘਟ ਹੁੰਦਾ ਸੱਸ ਬਹੁਤ ਫਿਕਰਮੰਦ ਸੀ ਮੈਨੂੰ ਵੀ ਜੇ ਇਉਂ ਲੱਗਦਾ ਜਿਵੇਂ ਮੈਂ ਹੋਰ ਬਹੁਤਾ ਚਿਰ ਤੁਹਾਡਾ ਪਿਆਰ ਨਹੀਂ ਮਾਨ ਸਕਦੀ ਮੈਨੂੰ ਜਿਵੇਂ ਮੇਰਾ ਚੰਨ ਕੀ ਤੇ ਦੂਰੋਂ ਆਵਾਜ਼ਾਂ ਮਾਰ ਕੇ ਬੁਲਾ ਰਿਹਾ ਉਹ ਇਕੱਲਾ ਉੱਥੇ ਮੈਂ ਹੁਣ ਛੇਤੀ ਉਹਦੇ ਕੋਲ ਚਲੀ ਜਾਣਾ ਦੀਪ ਨੇ ਇੱਕ ਟੱਕ ਉੱਪਰ ਵੱਲ ਝਾਕਿਆ ਤੇ ਬੜੇ ਯਕੀਨ ਨਾਲ ਲਾਖਿਆ ਨਾ ਧੀਏ ਇਹ ਗੱਲਾਂ ਨਾ ਕਰ ਤੇਰੇ ਬਿਨਾ ਅਸੀਂ ਕੀ ਕਰਾਂਗੇ ਅੱਜ ਤੋਂ ਬਾਅਦ ਇਹੋ ਜੀਆਂ ਗੱਲਾਂ ਨਾ ਕਰੀ ਪੁੱਤ ਅਸੀਂ ਤੈਨੂੰ ਨੂੰ ਨਹੀਂ ਸਮਝਿਆ ਧੀ ਬਣਾ ਕੇ ਰੱਖਿਆ ਸੱਸ ਆਪਣੀ ਨੂੰ ਨੂੰ ਬੁੱਕਲ ਵਿੱਚ ਲੈ ਕੇ ਬਹੁਤ ਰੋਈ। "ਬੇਜੀ, ਰੋਣਾ ਨੀ।" ਮੈਂ ਤਾਂ ਐਵੇਂ ਬੋਲ ਗਈ। "ਬਸ ਕੁਝ ਨਹੀਂ ਹੋਇਆ ਮੈਨੂੰ।" ਉਸਨੇ ਸੱਸ ਦੇ ਗਲ ਬਾਹਾਂ ਪਾ ਲਈਆਂ। ਹੁਣ ਸੱਸ ਜਗਦੀਪ ਨੂੰ ਕੋਈ ਵੀ ਕੰਮ ਕਰਨ ਨਾ ਦਿੰਦੀ। ਜਗਦੀਪ ਲਈ ਬਹੁਤ ਸਾਰੀਆਂ ਦਵਾਈਆਂ, ਫਲ ਫਰੂਟ ਮੰਗਵਾਏ ਜਾਂਦੇ ਪਰ ਉਹਦੀ ਸਿਹਤ ਸੁਧਰਨ ਦੀ ਥਾਂ ਵਿਗੜਦੀ ਜਾ ਰਹੀ ਸੀ। ਉਹਦੀ ਮਾੜੀ ਹਾਲਤ ਹੁੰਦੀ ਦੇਖ ਕੇ ਜੀਤ ਦੀ ਅਕਲ ਵੀ ਟਿਕਾਣੇ ਆਉਣ ਲੱਗੀ ਸੀ। ਤੇ ਉਸ ਨੂੰ ਮੰਦਾ ਚੰਗਾ ਬੋਲਣਾ ਵੀ ਬੰਦ ਕਰ ਦਿੱਤਾ ਸੀ ਅਸੀਂ ਸਮਾਂ ਰਹਿੰਦੇ ਹਾਂ ਕਿਸੇ ਚੀਜ਼ ਦੀ ਕਦਰ ਨਹੀਂ ਕਰਦੇ ਪਰ ਜਦੋਂ ਉਹ ਚੀਜ਼ ਹੱਥੋਂ ਜਾਂਦੀ ਦਿਸਦੀ ਆ ਤਾਂ ਸਾਨੂੰ ਉਹਦੀ ਅਹਿਮੀਅਤ ਦਾ ਅਹਿਸਾਸ ਹੋਣ ਲੱਗਦਾ ਹੁਣ ਜੀਤ ਸਿੰਘ ਫਿਕਰ ਨਾਲ ਸੋਚਦਾ ਮਸਾ ਮਸਾ ਘਰ ਵਸਿਆ ਸੀ ਕਿਤੇ ਫੇਰ ਨਾ ਉੱਜੜ ਜਾਵੇ ਉਹਨੇ ਜਗਦੀਪ ਦੇ ਇਸ ਘਰ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਵਿੱਚ ਸਾਰੀਆਂ ਵਾਪਰੀਆਂ ਘਟਨਾਵਾਂ ਤੇ ਨਜ਼ਰ ਮਾਰੀ ਜਗਦੀਪ ਨਾਲ ਕੀਤੇ ਜ਼ੁਲਮ ਯਾਦ ਆਏ ਯਾਦ ਆਇਆ ਕਿੰਜ ਉਸ ਵਿਚਾਰੀ ਨੇ ਇੰਨਾ ਜ਼ੁਲਮ ਸਹਿ ਕੇ ਵੀ ਕਦੇ ਜੀਤ ਸੀ ਉਹਨੂੰ ਮੰਦਾ ਚੰਗਾ ਨਹੀਂ ਸੀ ਆਖਿਆ ਸਗੋਂ ਮਾਰਕੁੱਟ ਖਾ ਕੇ ਵੀ ਉਹਦੀ ਸੇਵਾ ਕਰਦੀ ਰਹੀ ਹਮੇਸ਼ਾ ਪਿਆਰ ਨਾਲ ਬੋਲਦੀ ਰਹੀ ਉਹਨੂੰ ਸਮਝਾਉਂਦੀ ਰਹੀ ਹੁਣ ਜੀਤ ਨੂੰ ਜਗਦੀਪ ਤੇ ਤਰਸ ਵੀ ਆਇਆ ਤੇ ਪਿਆਰ ਵੀ ਹੁਣ ਉਹ ਉਹਨੂੰ ਚੰਗੀ ਤਰ੍ਹਾਂ ਬੁਲਾਉਣ ਵੀ ਲੱਗ ਪਿਆ ਸੀ ਜਗਦੀਪ ਹੁਣ ਤੁਰਨੋਂ ਫਿਰਨੋਂ ਵੀ ਰਹਿ ਗਈ ਸੀ ਫਿਰ ਮੰਜੇ ਤੇ ਹੀ ਪਈ ਰਹਿੰਦੀ ਇੱਕ ਰਾਤ ਜੀਤ ਉਹਦੇ ਸਹਰਾਣੇ ਲੱਗੇ ਬੈਠਿਆ ਤੇ ਬੋਲਿਆ ਦੇਖੀ ਕਿਤੇ ਮਰ ਹੀ ਨਾ ਜਾਵੀਂ ਦੀਪੀਏ ਉਹਦੀ ਆਵਾਜ਼ ਵਿੱਚ ਦੁੱਖ ਤੇ ਪਿਆਰ ਦੋਵੇਂ ਸਨ ਤੁਸੀਂ ਕਿਉਂ ਫਿਕਰ ਕਰਦੇ ਹੋ ਜੀ ਤੁਹਾਡੀ ਤਾਂ ਮਨ ਦੀ ਮੁਰਾਦ ਪੂਰੀ ਹੋਵੇਗੀ ਸਗੋਂ ਤੁਸੀਂ ਤਾਂ ਬਹੁਤ ਦੁਖੀ ਸੀ ਨਾ ਮੇਰੇ ਤੋਂ ਕਿ ਮੈਂ ਕਿਉਂ ਆਈ ਤੁਹਾਡੇ ਕੋਲ ਹੁਣ ਮੈਂ ਚੱਲੀ ਆਂ ਤੁਸੀਂ ਆਜ਼ਾਦ ਹੋ ਹਮੇਸ਼ਿਆਂ ਲਈ ਨਹੀਂ ਕਮਲੀਏ ਜੀਤ ਦੀਆਂ ਅੱਖਾਂ ਭਰਾਈਆਂ ਮੈਂ ਅਸਲ 'ਚ ਤੇਰੀ ਕੀਮਤ ਨਹੀਂ ਜਾਣ ਸਕਿਆ ਇਸ ਹੀਰੇ ਨੂੰ ਪਹਿਚਾਣੀ ਨਹੀਂ ਸੀ ਸਕਿਆ ਪਰ ਮੇਰੇ ਸਿੱਧਕ ਸਬਰ ਨੇ ਮੇਰੇ ਪਾਪੀ ਮਨ ਦੀ ਤੋਬਾ ਕਰਵਾ ਦਿੱਤੀ ਤੂੰ ਜੀਤੀ ਮੈਂ ਹਾਰ ਗਿਆ ਮੈਂ ਅੱਜ ਤੋਂ ਬਾਅਦ ਸ਼ਰਾਬ ਪੀਣੀ ਵੀ ਛੱਡ ਦਿੱਤੀ ਹਾਲੇ ਤਾਂ ਮੈਂ ਤੇਤੋਂ ਇੱਕ ਪੁੱਤ ਹੋਰ ਲੈਣਾ ਹੁਣ ਉਹ ਦੀਪ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਪੁੱਤ ਮੈਂ ਤੁਹਾਨੂੰ ਦਿੱਤਾ ਸੀ ਪਰ ਉਹਨੂੰ ਤੁਸੀਂ ਆਪਣਾ ਬਣਾ ਹੀ ਨਾ ਸਕੇ ਹੁਣ ਮੇਰੇ 'ਚ ਹੋਰ ਹਿੰਮਤ ਨਹੀਂ ਤੁਸੀਂ ਗਲਤੀਆਂ ਸੁਧਾਰ ਰਹੇ ਹੋ ਚੰਗੇ ਬਣ ਰਹੇ ਹੋ ਪਰਮਾਤਮਾ ਤੁਹਾਡੀ ਮਦਦ ਕਰੇ ਤੁਸੀਂ ਸਦਾ ਸੁਖੀ ਰਹੋ ਦੀਪ ਨੇ ਜੀਤ ਸੀ ਉਹਨੂੰ ਮਾਫ ਕਰ ਦਿੱਤਾ ਸੀ ਤੂੰ ਇਹ ਗੱਲ ਕਰਦੀਆਂ ਮੈਂ ਕੱਲ ਨੂੰ ਹੀ ਆਪਣੇ ਕਾਕੇ ਨੂੰ ਵਾਪਸ ਲੈ ਆਉਣਾ ਉਹ ਮੇਰਾ ਹੀ ਪੁੱਤ ਆ ਉਹ ਹੁਣ ਕਿਵੇਂ ਵੀ ਦੀਪ ਨੂੰ ਦੁਖੀ ਨਹੀਂ ਸੀ ਦੇਖਣਾ ਚਾਹੁੰਦਾ ਸ਼ਾਬਾਸ਼ ਤੁਸੀਂ ਹੁਣ ਇੰਨੇ ਚੰਗੇ ਹੋ ਗਏ ਪਰ ਕਾਕਾ ਹੁਣ ਉਹਨਾਂ ਦੀ ਈਮਾਨਤ ਆ ਹੁਣ ਵਾਪਸ ਨਹੀਂ ਲੈ ਸਕਦੇ ਕੋਈ ਨਹੀਂ ਤੁਸੀਂ ਘਬਰਾਓ ਨਾ ਮੈਂ ਠੀਕ ਹੋ ਜੂੰਗੀ ਕਹਿ ਕੇ ਦੀਪ ਨੇ ਦੁਖੀ ਪਤੀ ਦਾ ਹੱਥ ਫੜ ਲਿਆ ਪਤੀ ਦਾ ਪਛਤਾਪ ਦੇਖ ਕੇ ਉਹਦਾ ਵੀ ਮਨ ਪਰ ਆਇਆ ਉਹ ਸੋਚਦੀ ਕਿ ਜੀਤ ਕਾਸ਼ ਤੂੰ ਪਹਿਲਾਂ ਹੀ ਇੰਨਾ ਚੰਗਾ ਹੁੰਦਾ ਪਰ ਹੁਣ ਆਖਿਰ ਇੱਕ ਦਿਨ ਅਜੇਹਾ ਵੀ ਆਇਆ ਕਿ ਜਗਦੀਪ ਨੇ ਦੋ ਦਿਨ ਤੋ ਕੁਝ ਨਹੀਂ ਸਿਖਾਦਾ। ਬਸ ਪਾਣੀ ਦੇ ਘੁੱਟ ਪਿੰਦੀ ਰਹੀ। ਉਹਦੇ ਪੇਕਿਆਂ ਨੂੰ ਵੀ ਬੁਲਾ ਲਿਆ ਗਿਆ। ਉਹ ਉਸਨੂੰ ਹਸਪਤਾਲ ਲਿਜਾਣ ਲੱਗੇ ਪਰ ਜਗਦੀਪ ਨੇ ਮਨਾਂ ਕਰ ਦਿੱਤਾ। ਅੱਜ ਸਾਹ ਔਖਾ ਆ ਰਿਹਾ ਸੀ। ਸਾਰੇ ਸਹਰਾਣੇ ਬੈਠੇ ਰੋ ਰਹੇ ਸਨ। ਉਹਦੀ ਨਿਜਰਾਂ ਵਾਲੀ ਸੱਸ ਬੱਚੇ ਨੂੰ ਲੈ ਕੇ ਵੀ ਆ ਗਈ ਸੀ। ਆਉਂਦਿਆਂ ਆਪਣੀ ਨੂ ਨੂੰ ਬੁੱਕਲ ਵਿੱਚ ਲੈ ਕੇ ਤਾਂ ਹਾਂ ਮਾਰ ਕੇ ਰੋਣ ਲੱਗ ਪਈ। ਤੈਨੂੰ ਕੀ ਹੋ ਗਿਆ ਮੇਰੀ ਬੱਚੀਏ? ਏ ਕੀ ਹਾਲ ਬਣਾ ਲਿਆ ਤੂੰ ਕਿਹੜਾ ਗਮ ਖਾ ਗਿਆ ਤੈਨੂੰ ਉਠ ਆ ਦੇਖ ਤੇਰਾ ਚੰਨ ਆ ਗਿਆ ਉਸ ਨੇ ਬੱਚੇ ਨੂੰ ਜਗਦੀਪ ਦੀ ਹਿੱਕ ਤੇ ਪਾ ਦਿੱਤਾ ਉਸ ਨੇ ਬੱਚੇ ਦਾ ਮੂੰਹ ਚੁੰਮ ਕੇ ਘੁੱਟ ਲਿਆ ਆ ਗਿਆ ਮੇਰਾ ਚੰਨ ਪੁੱਤ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਮਰ ਕੇ ਵੀ ਨਹੀਂ ਭੁੱਲ ਸਕਦੀ ਜਗਦੀਪ ਬੜੀ ਮੁਸ਼ਕਿਲ ਨਾਲ ਬੋਲ ਰਹੀ ਸੀ ਮੈਂ ਰਾਜ ਕੇ ਤੁਹਾਡੀ ਸੇਵਾ ਨਾ ਕਰ ਸਕੀ ਮੈਨੂੰ ਮਾਫ ਕਰ ਦਿਓ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ ਤੁਸੀ ਮੇਰੇ ਕੋਲ ਆਇਓ ਉਸਨੇ ਪਤੀ ਜੀਤ ਨੂੰ ਕੋਲ ਬੁਲਾਇਆ ਜੀਤ ਕੋਲ ਆ ਕੇ ਬਹਿ ਗਿਆ ਤੇ ਰੋਣ ਲੱਗ ਪਿਆ ਰੋ ਨਾ ਜੀਤ ਮੇਰੀ ਇੱਛਾ ਤੁਸੀਂ ਪੂਰੀ ਕਰੋਗੇ ਜੀਤ ਨੇ ਹਾਂ ਵਿੱਚ ਸਿਰ ਹਿਲਾਇਆ ਜੀਤ ਨੇ ਉਹਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਲਿਆ ਮੇਰੀ ਕਸਮ ਖਾ ਕੇ ਕਹੋ ਕਿ ਮੰਨੋਗੇ ਜੀਤ ਬੋਲਿਆ ਮੈਨੂੰ ਤੇਰੀ ਸੋਂ ਤੇਰੀ ਹਰ ਗੱਲ ਮੰਨਾਂਗਾ ਬਾਅਰ ਮੈਨੂੰ ਛੱਡ ਕੇ ਨਾ ਜਾ ਤੇਰੇ ਬਿਨਾ ਤਾਂ ਮੈਂ ਰੁੱਲ ਜੂੰਗਾ ਮੈਨੂੰ ਮੇਰਾ ਚੰਨ ਲੈਣ ਆ ਗਿਆ ਹੁਣ ਤਾਂ ਮੈਂ ਜਾ ਰਹੀ ਹਾਂ ਮੈਂ ਚਾਹੁੰਨੀ ਆ ਕਿ ਤੁਸੀਂ ਮੇਰੀ ਭੈਣ ਨੂੰ ਦੁਬਾਰਾ ਇਸ ਘਰ ਵਿੱਚ ਲੈ ਕੇ ਆਇਓ ਜੀਤ ਦੀ ਪਹਿਲੀ ਘਰ ਵਾਲੀ ਜਿਸ ਨੂੰ ਉਸਨੇ ਛੱਡ ਦਿੱਤਾ ਸੀ ਭਾਵੇਂ ਤੁਹਾਨੂੰ ਉਹਦੀਆਂ ਮਿੰਨਤਾਂ ਹੀ ਕਰਨੀਆਂ ਪੈਣ ਉਸ ਵਿਚਾਰੀ ਦਾ ਕੀ ਦੋਸ਼ ਸੀ ਬੋਲੋ ਲਿਆਉਂਗੇ ਨਾ ਜੀਤ ਕੁਝ دیر ਸੋਚਦਾ ਰਿਹਾ ਫਿਰੋਜ਼ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬਸ ਹੁਣ ਮੈਨੂੰ ਕੋਈ ਗਮ ਨਹੀਂ ਮੇਰੇ ਸਾਰੇ ਫਰਜ਼ ਪੂਰੇ ਹੋ ਗਏ ਹੁਣ ਮੈਂ ਆਰਾਮ ਨਾਲ ਸ਼ਾਂਤ ਚਿੱਤ ਆਪਣੇ ਚੰਨ ਕੋਲ ਜਾ ਸਕਦੀ ਹਾਂ ਤੇ ਸ਼ਮਾ ਬੁੱਝ ਗਈ ਪਿੰਡ ਦੇ ਗੁਰਦੁਆਰੇ ਤੇ ਲੱਗੇ ਸਪੀਕਰ ਤੋਂ ਆਵਾਜ਼ ਆ ਰਹੀ ਸੀ ਜਿਸ ਪਿਆਰੇ ਸਿਓਨੇਹੂ ਤਿਸ ਅੱਗੇ ਮਰ ਚਲੀਏ ਇਹ ਇੱਕ ਜੀਵਨੂ ਸੰਸਾਰ ਤਾਂ ਕਿ ਪਾਛੇ ਜੀਵਨਾ। ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ। ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।